ਮੈਂ ਲਿਖਿਆ ਨਾ ਨਾਵਲ, ਉਹਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ ਕਿ ਸਾਡੇ ਸਮਾਜ ਦੇ ਵਿੱਚ ਕਿਵੇਂ ਇੱਕ ਔਰਤ ਨੂੰ ਸਫ਼ਰ ਕਰਨਾ ਪੈਂਦਾ ਜਦੋਂ ਉਹ ਪੜ੍ਹੀ ਲਿਖੀ ਹੈ ਨਹੀਂ ਗੀ, ਪਰ ਜਦੋਂ ਉਹ ਪੜ੍ਹ ਵੀ ਜਾਂਦੀ ਆ ਫਿਰ ਕਿਵੇਂ ਸਫ਼ਰ ਕਰਨਾ। ਮਾਝੇ ਬਾਰੇ ਮੈਂ ਪਹਿਲਾਂ ਵੀ ਜਦੋਂ ਆਪਾਂ ਲਾਸਟ ਟਾਈਮ ਮਿਲੇ ਸੀ ਮੈਂ ਇਹ ਗੱਲ ਕਿਹਾ ਸੀ ਕਿ ਮਾਝੇ ਨੇ ਦੁੱਖ ਵਾਲੇ ਝੱਲੇ ਆ। ਜਿਹੜੇ ਪੁਰਾਣੇ ਵੱਡੇ ਸਥਾਪਿਤ ਸੀਗੇ ਲੇਖਕ ਉਹ ਮਾਝੇ ਦੇ ਸੀਗੇ, ਪਰ ਫਿਰ ਮਾਝੇ 'ਤੇ ਇੱਕ ਇਹੋ ਜਿਹਾ ਦੌਰ ਆਇਆ ਵੀ ਮਾਝੇ ਤੋਂ ਕਿਤਾਬ ਛੁੱਟ ਗਈ। ਜੇ ਇੱਕ ਛੋਟੇ ਜ਼ਿਮੀਂਦਾਰ ਦੇ ਘਰੇ ਇੱਕ ਖੂਬਸੂਰਤ ਔਰਤ ਆ ਜੇ ਨਾ, ਉਹਨੂੰ ਸਾਂਭ ਕੇ ਰੱਖਣਾ ਵੀ ਇੱਕ ਸਮੱਸਿਆ ਹੈ। ਸਮਾਜ ਉਹਨੂੰ ਸਾਂਭਣ ਵੀ ਨਹੀਂ ਦਿੰਦਾ ਹੈਗਾ। ਤੁਹਾਡੇ ਅੰਦਰ ਕ੍ਰੀਏਟਿਵਿਟੀ ਹੋਣੀ ਚਾਹੀਦੀ ਹੈਗੀ, ਤੁਹਾਡੇ ਕੋਲ ਆਈਡੀਆ ਹੋਣਾ ਚਾਹੀਦਾ। ਮੈਨੂੰ ਕਦੇ ਕਦੇ ਹੁਣ ਚਿੜ ਮੱਚਦੀ ਹੁੰਦੀ ਆ ਵੀ ਇਹ ਬਾਹਰ ਨੂੰ ਕਾਹਤੋਂ ਭੱਜੇ ਜਾਂਦੇ ਨੇ ਯਾਰ, ਇਹਨਾਂ ਨੂੰ ਸਮਝ ਕਿਉਂ ਨਹੀਂ ਹੈਗੀ। ਪਰ ਮੈਨੂੰ ਲੱਗਦਾ ਵੀ ਮੈਂ ਵੀ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ, ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ। ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬ ਦੇ ਵਿੱਚੋਂ ਪਲਾਨ ਬਾਹਰ ਨੂੰ ਹੋ ਰਿਹਾ। ਪੰਜਾਬ ਪਿਛਲੇ ਕਈ ਸੌ ਸਾਲਾਂ ਤੋਂ ਬਾਹਰ ਜਾ ਰਿਹਾ, ਪਰ ਪੰਜਾਬ ਪਹਿਲਾਂ ਕਿਵੇਂ ਬਾਹਰ ਗਿਆ ਅਤੇ ਹੁਣ ਕਿਵੇਂ ਜਾ ਰਿਹਾ। ਇਹ ਕਹਿੰਦਾ ਕਿ ਪੰਜਾਬ ਸੋਨੇ ਦੀ ਚਿੜੀ ਹੈ, ਕਿਉਂ ਸੀ? ਇਹ ਤਾਂ ਇਹ ਨਹੀਂ ਕਿ ਸਾਡੇ ਕੋਲ ਅਸੀਂ ਅਮੈਰੀਕਾ ਤੋਂ ਅਮੀਰ ਸੀਗੇ, ਜਾਂ ਮਤਲਬ ਦੁਨੀਆ ਦੇ ਵਿੱਚ ਸਾਡੇ ਤੋਂ ਵੀ ਬਹੁਤ ਅਮੀਰ ਖਿੱਤੇ ਪਏ ਨੇ ਜਿੱਥੇ ਗੋਲਡ ਨਿਕਲਦਾ ਹੈ ਨਾ, ਪਰ ਸਾਨੂੰ ਪੰਜਾਬ ਨੇ ਸਾਡੀ ਖੇਤੀ ਨੇ ਸਮਾਂ ਦਿੱਤਾ ਹੈ। ਅਸੀਂ ਪੰਜ ਪੰਜ ਦਿਨ ਵਿਆਹਾਂ 'ਤੇ ਬੈਠੇ ਰਹਿੰਦੇ ਸੀਗੇ ਤਾਂ ਅਸੀਂ ਅਮੀਰ ਸੀ। ਇੱਕ ਬੰਦਾ ਉਹਦੇ ਕੋਲ ਸਮਾਂ, ਇੰਨਾ ਸਮਾਂ ਨਹੀਂ ਕਿ ਉਹ ਆਪਦੇ ਮਾਂ ਦਾ ਆਪਦੇ ਪਰਿਵਾਰ ਦਾ ਸੰਸਕਾਰ ਕਰ ਸਕੇ। ਇਸ ਦੌਰ 'ਚ ਕਹੀ ਗਈ ਗੱਲ ਦੇ ਅਰਥ ਕੁਝ ਹੋਰ ਨਿਕਲ ਜਾਂਦੇ ਨੇ। ਆਖਦੇ ਹਾਂ ਕੋਹੇ ਨੂਰ ਜਿਨ੍ਹਾਂ ਨੂੰ, ਵਕਤ ਪੈਣ 'ਤੇ ਬੰਦੇ ਖੋਰ ਨਿਕਲ ਜਾਂਦੇ ਨੇ। ਕਾਹਦਾ ਕਰੀਏ ਸ਼ਿਕਵਾ ਗੈਰਾਂ ਉੱਤੇ, ਲੁੱਟ ਗਈ ਕੁੱਲੀ ਦਾ ਪੰਨੇ ਕਿਤਾਬਾਂ ਦੇ ਦੱਸਦੇ ਕਿ ਘਰ ਦੇ ਭੇਤੀ ਹਰਾਮ ਖੋਰ ਨਿਕਲ ਜਾਂਦੇ ਨੇ। ਪਤਾ ਨਹੀਂ ਇਹ ਕਦੋਂ ਪੰਜਾਬ ਦਾ ਇਹਨਾਂ ਚੀਜ਼ਾਂ ਤੋਂ ਖਿਹੜਾ ਛੁੱਟਣਾ। ਹਾਂ ਹੁਣ ਸਾਡੇ ਲੋਕਾਂ ਨੂੰ ਆਦਤ ਵੀ ਪੈ ਗਈ, ਸਾਡੇ ਆਪ ਦੀ ਖੁਰਕ ਜੀ ਹੋਣ ਲੱਗ ਜਾਂਦੀ ਆ 6 ਮਹੀਨਿਆਂ ਬਾਅਦ ਵੀ। ਚਲ ਮਤਲਬ ਯਾਰ ਐਂ ਨਹੀਂ, ਚਲੋ ਵੀ ਲੜਨਾ ਹੀ ਆਪਾਂ। ਇਹ ਅਸਲ ਦੇ ਵਿੱਚ ਨੇ ਮਾਰਸ਼ਲ ਕੌਮਾਂ ਨੇ ਦੁਨੀਆ 'ਤੇ ਥੋੜ੍ਹੀਆਂ ਹੀ ਨੇ, ਲਗਭਗ ਕੰਪਲੀਟ ਹੋ ਗਿਆ। ਇੱਕ ਤਾਂ ਹੈਗੀ ਆ ਦਾ ਰੀਅਲ ਰੀਜ਼ਨ ਬਾਏ ਦਾ ਲੈਜੈਂਡ ਡਾਈਡ, ਸਿੱਧੂ ਮੂਸੇਵਾਲਾ। ਉਹ ਮੇਰਾ ਭਰਾ ਸੀਗਾ, ਅਸੀਂ 5 ਸਾਲ ਇਕੱਠੇ ਰਹੇ ਹਾਂ। ਇਹ ਪਤਾ ਨਹੀਂ ਮੈਂ ਪਰਮਾਤਮਾ ਨੇ ਪਤਾ ਨਹੀਂ ਮੇਰੀ ਡਿਊਟੀ ਲਾਈ ਹੈ, ਪਤਾ ਨਹੀਂ ਕੀ ਗੱਲ ਸੀ ਕਿ ਜਦੋਂ ਬਾਈ ਦੀ ਡੈਥ ਹੋਈ ਨਾ ਮੇਰੀ ਫਿਲਮ ਬਣ ਗਈ। ਮੈਂ ਸੋਚ ਉੱਦਾਂ ਹੀ ਲਿਆ ਸੀ ਕਿ ਉਹਦੀ ਜੀਵਨੀ ਲਿਖਣੀ ਆ ਅਤੇ ਕਾਹਲੀ ਕੋਈ ਨਹੀਂ ਕਰਨੀ। ਬਾਈ ਦੀ ਡੈਥ ਤੋਂ ਬਾਅਦ ਹਾਂਜੀ ਬੜੀਆਂ ਕਿਤਾਬਾਂ, 13 ਕਿਤਾਬਾਂ ਆ ਗਈਆਂ ਬਾਈ। ਪਹਿਲਾਂ ਮੈਂ ਦੇਖਿਆ ਕਿ ਦੀਪ ਸਿੱਧੂ ਦੀ ਜਦੋਂ ਮੌਤ ਹੋਈ ਹੈ ਨਾ, ਸਾਨੂੰ ਸਭ ਨੂੰ ਮਤਲਬ ਕਿ ਇਹ ਗੱਲ ਨੇ ਝੰਝੋੜਿਆ ਕਿ ਐਡਾ ਨੌਜਵਾਨ ਚੜ੍ਹਦੀ ਕਲਾ ਵਾਲਾ ਮੁੰਡਾ ਤੁਰ ਗਿਆ। ਪਰ ਮੈਂ ਇਹ ਤੋਂ ਬਾਅਦ ਦੇਖਿਆ ਕਿ ਸਿੱਧੂ ਦੀ ਮੌਤ ਹੋਈ, ਉਹਨੂੰ ਬਹੁਤ ਸੈਲੀਬ੍ਰੇਟ ਕੀਤਾ। ਲੋਕ ਆ ਰਹੇ ਨੇ, ਸੈਲਫੀਆਂ ਖਿਚਾ ਰਹੇ ਨੇ, ਮਾਤਾ ਦੇ ਨਾਲ ਖਿਚਾ ਰਹੇ ਨੇ, ਜਾ ਕੇ ਰੀਲਾਂ ਬਣਾ ਕੇ ਪਾ ਰਹੇ ਨੇ, ਹੈ ਨਾ। ਇਹ ਦੁੱਖ ਪ੍ਰਗਟਾਉਣ ਦਾ ਤਰੀਕਾ ਕੀ? ਹੁਣ ਉਹ ਕਿਤਾਬ ਆਈ ਹੂ ਕਿਲਡ ਮੂਸੇਵਾਲਾ, ਉਹਨੂੰ ਪਤਾ ਹੀ ਨਹੀਂ ਬਾਈ ਐਕਚੁਅਲ ਦੇ ਵਿੱਚ ਵਾਪਰਿਆ ਕੀ ਹੈ। ਉਹਨੂੰ ਪਾਸ਼ ਨਾਲ ਕੰਪੇਅਰ ਕਰ ਰਹੇ ਹੋ ਕਿਤਾਬਾਂ ਦੇ ਵਿੱਚ, ਜਦੋਂ ਕਿ ਦੋਨੇ ਅਲੱਗ ਅਲੱਗ ਆਈਡੀਓਲੋਜੀ ਦੇ ਬੰਦੇ ਨੇ। ਉਹ ਪੰਥਕ ਧਿਰ ਦਾ ਬੰਦਾ, ਤੁਹਾਡੇ ਆਈਡੀਓਲੋਜੀਕਲੀ ਮਤਭੇਦ ਹੋ ਸਕਦੇ ਆ, ਪਰ ਤੁਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ। ਸਿੱਧੂ ਬਾਰੇ ਮੈਨੂੰ ਇਹ ਲੱਗਦਾ ਸੀ ਸਿੱਧੂ ਨੇ ਹਲੇ ਮੈਚੋਰ ਹੋਣਾ ਸੀਗਾ ਕਿ ਹਾਂ ਬਈ ਗਾਣਾ ਕਰਨਾ ਹੀ ਕਰਨਾ। ਉਹ ਅਸੀਂ ਨਾ ਉਦੋਂ ਮੂਸਾ ਜੱਟ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਸੀ, ਕਰਾਂਗੇ ਜਾਨ। ਫਿਰ ਉਹਨੇ ਜਦੋਂ ਬਈ ਉਹ ਕੀਤਾ ਨਾ ਪੰਜਾਬ, ਫਿਰ ਜਿਹੜੀ ਉਹ ਗੱਲ ਕਹੀ ਨਾ, ਸਾਨੂੰ ਵੀ ਲੱਗਦੇ ਬਾਰਡਰ ਦੇ ਲਈ ਨੇ। ਮੈਂ ਯਾਰ ਵੀ ਸਟੇਟ ਇਹੋ ਜਿਹੇ ਬੰਦੇ ਨੂੰ ਕਿਵੇਂ ਝੱਲ ਲੂਗੀ, ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡਾ ਭਰਾ ਸਾਡੇ ਦੇ ਵਿੱਚ ਹੈ ਨਹੀਂ ਗਾ। ਉਹ ਅੱਜ ਵੀ ਪਾਵਰ 'ਚ ਨੇ, ਮੈਨੂੰ ਕਹਿੰਦੇ ਨੇ ਯਾਰ ਵੀ ਉਹ ਨੁਕਸਾਨ ਕਰਦਾ ਨਹੀਂ। ਮੈਂ ਵੀ ਨੁਕਸਾਨ ਤਾਂ ਜਦੋਂ ਤੁਸੀਂ ਬੇਵਾਕ ਹੋ ਕੇ ਲਿਖੋਗੇ ਨੁਕਸਾਨ ਤਾਂ ਹੁੰਦਾ ਹੀ। ਜਿਹੜੇ ਲੋਕਾਂ ਦੀਆਂ ਕਿਰਤਾਂ ਲੁੱਟਦੇ ਨੇ, ਲੋਕਾਂ ਦੀਆਂ ਕਮਾਈਆਂ ਲੁੱਟਦੇ ਨੇ, ਵੀ ਫੋਨ ਕੀਤਾ ਫਲਾਨਿਆਂ ਤੋਂ ਬਹੁਤ ਰੁਪਈਏ ਕਮਾਉਣਾ, ਲੈ ਸਾਨੂੰ ਦੇ ਦੇ। ਇਹ ਚੀਜ਼ਾਂ ਮਤਲਬ ਇਹ ਇਹੋ ਜਿਹੜੇ ਸਮਾਜ ਦੇ ਵਿੱਚ ਆਂਸਰ ਨੇ, ਇਹਨਾਂ ਨੂੰ ਖਤਮ, ਸਰਕਾਰਾਂ ਦੀ ਜ਼ਿੰਮੇਦਾਰੀ ਹੈ, ਸਰਕਾਰਾਂ ਨੇ ਬਣਾਏ ਹੋਏ ਨੇ ਇਹ, ਸਰਕਾਰਾਂ ਦੀ ਜ਼ਿੰਮੇਦਾਰੀ ਹੈ। ਲਿਖਤੀ ਰੂਪ 'ਚ ਕਹਿ ਸਕਦਾ ਵੀ
ਉਹ ਤੋਂ ਮੰਗਿਆ ਤੇ ਉਹਨੇ ਇਹ ਕਿਹਾ ਵੀ ਹੱਕ ਦੀ ਕਮਾਈ ਨਾਲ ਕਮਾਇਆ, ਬਹੁਤ ਗਰੀਬੀ ਦੇਖੀ ਆ, ਹੱਕ ਦੀ ਮਿਹਨਤ ਹੈ ਮੇਰੀ, ਰਾਤ ਨੂੰ ਮਤਲਬ 12-12 ਘੰਟੇ ਮਿਊਜ਼ਿਕ ਸੁਣਨਾ, ਕਿਉਂ ਦਿਓ ਯਾਰ ਕਿਸੇ ਨੂੰ ਆਪਦੀ ਮੁਫਤ ਦੀ ਕਮਾਈ, ਹੱਕ ਦੀ ਕਮਾਈ ਕਿਉਂ ਦਿਓ? ਜੇ ਸਿੱਧੂ ਦੇ ਮਗਰ ਗੈਂਗਸਟਰ ਸੀ, ਤੇ ਸਿੱਧੂ ਦੇ ਕਨੈਕਸ਼ਨਸ ਵੀ ਗੈਂਗਸਟਰ ਦੇ ਨਾਲ ਰਹੇ, ਇਹ ਗੱਲਾਂ ਚੱਲ ਰਹੀਆਂ। ਜੇ ਕੋਈ ਗੈਂਗਸਟਰ ਕਿਸੇ ਨੂੰ ਫੋਨ ਕਰੀ ਜਾਂਦਾ ਤੂੰ ਮੈਨੂੰ ਪੈਸੇ ਦੇ, ਉਹਦੇ ਨਾਲ ਲਿੰਕ ਥੋੜ੍ਹੀ ਹੋ ਗਈ ਵੀ ਪਹਿਲਾਂ ਅਗਲਾ ਐਂ ਥੋੜ੍ਹੀ ਕਹਿੰਦਾ ਯਾਰ ਵੀ ਸਿੱਧੇ ਠਾਹ ਸੋਟਾ ਮਾਰਦਾ ਹੁੰਦਾ, ਪਹਿਲਾਂ ਹਾਲੇ ਪਿਆਰ ਨਾਲ ਬਿੜਾ ਕੇ ਵੀ ਗੱਲ ਕਰਦਾ ਹੁੰਦਾ ਨਾ, ਬੰਦੇ ਦੇ ਅੰਦਰ ਕੀ ਆ ਸਾਨੂੰ ਇਹ ਨਹੀਂ ਨਾ ਪਤਾ। ਹੁਣ ਜਿਹੜਾ ਗੈਂਗਸਟਰ ਜਿਹੜਾ ਮਤਲਬ ਕਿ ਕੇਕੜਾ ਸੀਗਾ ਉਹ ਬਾਈਕ ਅੰਦਰਲੇ ਪਾਰਕ ਦੇ ਵਿੱਚ ਕੱਖ ਕੁਤਰੀ ਗਿਆ, ਦੋ ਦਿਨ ਅੰਦਰਲੇ ਪਾਰਕ ਦੇ ਵਿੱਚੋਂ ਘਾਹ ਦੀ ਸੈਟਿੰਗ ਕਰੀ ਆ, ਹੁਣ ਹੈ ਤਾਂ ਉਹ ਵੀ ਗੈਂਗਸਟਰ ਘਰੇ ਫਿਰਦਾ, ਮੈਨੂੰ ਹੁਣ ਲੱਗਣ ਲੱਗ ਗਿਆ ਜਦੋਂ ਦੀ ਨਿੱਜਰ ਦਾ ਕਤਲ ਹੋਇਆ, ਪੰਜ ਵਰਡ ਦਾ ਹੋਇਆ, ਜਿਹੜੇ ਹਿਸਾਬ ਦੇ ਨਾਲ ਅਮੈਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਹਨਾਂ ਦੇ ਬੰਦੇ ਫੜੇ ਗਏ ਆ, ਮੈਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਮੈਂ ਕਦੇ ਕਦੇ ਲੱਗਦਾ ਮੈਨੂੰ ਇਹ ਕਮਾਂਡੋ ਐਕਸ਼ਨ ਵੀ ਹੈ ਯਾਰ, ਬੰਦੇ ਕਮਾਲ ਹੋਗਾ, ਜਿਹੜੀ ਤਾਕਤ ਆਰਟਿਸਟ ਕੋਲ ਆ, ਜਿਹੜੀ ਤਾਕਤ ਕਲਮ ਕੋਲ ਆ, ਉਹ ਹਥਿਆਰਾਂ ਕੋਲ ਵੀ ਨਹੀਂ ਹੁੰਦੀ, ਇਹ ਗੱਲ ਪੱਕੀ ਹੈ। ਮੈਂ ਲਿਖਿਆ ਜੀ ਕਿ ਕਲਮ ਵਿੱਚ ਜੋਤ ਹੈ ਮਾਂ ਵਰਗੀ, ਅੱਖਰ ਪੁੱਤਾਂ ਵਾਂਗੂ ਪਾਲੇ ਜਾਂਦੇ ਨੇ, ਮਰਨ ਨਾ ਔਰੰਗੇ ਜ਼ਾਲਮ ਜੋ ਨਾਲ ਹਥਿਆਰਾਂ ਦੇ, ਫਿਰ ਨਾਲ ਜ਼ਫਰਨਾਮੇ ਦੇ ਮਾਰੇ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਮਨ ਖਹਿਰਾ, ਪੁਆਇੰਟ ਆਫ ਵਿਊ ਦੇ ਪਹਿਲੇ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾ ਐਪੀਸੋਡ, ਪਹਿਲੀ ਕੋਸ਼ਿਸ਼, ਅਤੇ ਆਪਣੀ ਪਹਿਲੀ ਕੋਸ਼ਿਸ਼ ਦੇ ਵਿੱਚ ਮੈਂ ਪੀਕ ਪ੍ਰੋਫੈਸ਼ਨਲਿਜ਼ਮ ਨਹੀਂ ਦਿਖਾ ਸਕਦਾ, ਉਹਦੇ ਤਿੰਨ ਕਾਰਨ ਨੇ, ਲੈਕ ਆਫ ਇਕਵਿਪਮੈਂਟ, ਫੰਡਿੰਗ ਅਤੇ ਐਕਸਪੀਰੀਅੰਸ। ਪਰ ਜੋ ਮੈਂ ਸਾਰਿਆਂ ਤੋਂ ਵੱਖ ਕਰ ਸਕਦਾ ਉਹ ਹੈ ਰੀਅਲਿਜ਼ਮ ਅਤੇ ਮੈਕਸੀਮਮ ਆਊਟਪੁੱਟ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ। ਮੇਰਾ ਮੰਨਣਾ ਇਹ ਹੈ ਕਿ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਸਵਾਲ ਜਵਾਬ। ਪੁਆਇੰਟ ਆਫ ਵਿਊ ਦੇ ਪਹਿਲੇ ਐਪੀਸੋਡ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਮਨਜਿੰਦਰ ਮਾਖਾ ਜੀ। ਮਾਖਾ ਜੀ ਦੀਆਂ ਦੋ ਕਿਤਾਬਾਂ ਆ ਚੁੱਕੀਆਂ ਨੇ, ਬਲੱਡ ਲਾਈਨ ਅਤੇ ਤਾਜ਼ੀ ਚਰੀਟ। ਬਲੱਡ ਲਾਈਨ ਕਿਤਾਬ ਯੁਵਾ ਸਾਹਿਤ ਅਕਾਡਮੀ ਵਾਸਤੇ ਨੋਮੀਨੇਟਡ ਵੀ ਰਹਿ ਚੁੱਕੀ ਹੈ, ਉਸ ਦੇ ਬਾਰੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਤਾਜ਼ੀ ਚਰੀਟ ਵਿੱਚੋਂ ਕੁਝ ਨਾ ਕੁਝ ਉਹਨਾਂ ਕੋਲੋਂ ਸੁਣਨ ਦੀ ਕੋਸ਼ਿਸ਼ ਕਰਾਂਗੇ। ਅਤੇ ਉਹਨਾਂ ਦੀ ਤੀਸਰੀ ਕਿਤਾਬ, ਅਪਕਮਿੰਗ ਕਿਤਾਬ, ਦ ਰੀਅਲ ਰੀਜ਼ਨ ਵਾਈ ਦ ਲੈਜੈਂਡ ਡਾਇਡ, ਸਿੱਧੂ ਮੂਸੇਵਾਲਾ। ਮਾਖਾ ਬਾਈ ਸਿੱਧੂ ਬਾਈ ਦੇ ਪ੍ਰਿਯ ਮਿੱਤਰ ਰਹੇ ਨੇ, ਕੁਝ ਅੰਦਰਲੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਕਦੋਂ ਕਿਤਾਬ ਆ ਰਹੀ ਹੈ ਇਹ ਮੈਂ ਜ਼ਰੂਰ ਪੁੱਛੂੰਗਾ। ਬਾਕੀ ਵਾਸਟ ਲੈਵਲ 'ਤੇ ਅੱਜ ਦੇ ਹਾਲਾਤਾਂ ਬਾਰੇ ਉਹਨਾਂ ਦੇ ਕੀ ਖਿਆਲ ਨੇ ਇਹ ਸਵਾਲ ਜ਼ਰੂਰ ਕਰਾਂਗੇ। ਅਤੇ ਬਾਕੀ ਤੁਸੀਂ ਸੁਣੋ ਮਨਜਿੰਦਰ ਮਾਖਾ ਜੀ ਨੂੰ, ਤੁਸੀਂ ਵੇਖ ਰਹੇ ਹੋ ਪੁਆਇੰਟ ਆਫ ਵਿਊ ਵਿਦ ਹਰਮਨ ਖਹਿਰਾ। ਚੁੱਪ ਜੀ ਹੈ, ਜਿਵੇਂ ਨਾਲ ਹੀ ਖਾਲਸਾ ਕਾਲਜ ਹੈ ਉਹ ਕਰਾਊਡਡ ਹੈ। ਪਰ ਇਹ ਗ੍ਰੀਨਰੀ ਬਹੁਤ ਹੈਗੀ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ, ਬਹੁਤ ਸ਼ਾਂਤੀ ਸਾਡੇ ਕੋਲ, ਇਸੇ ਕਰਕੇ ਤੇ ਛੱਡੀ ਨਹੀਂ ਜਾ ਰਹੀ ਹੈ। ਹਾਂ, ਸਭ ਤੋਂ ਪਹਿਲਾਂ ਮਾਖਾ ਜੀ ਆਪਾਂ ਗੱਲ ਕਰਾਂਗੇ ਤੁਹਾਡੀ ਕਿਤਾਬ ਬਲੱਡ ਲਾਈਨ ਬਾਰੇ। ਜੀ, ਮੈਂ ਕਿਤਾਬ ਪੂਰੀ ਨਹੀਂ ਪੜ੍ਹ ਪਾਇਆ। ਓਕੇ, ਜਿੰਨੀ ਪੜ੍ਹੀ ਮੈਨੂੰ ਬਹੁਤ ਚੰਗੀ ਲੱਗੀ, ਸ਼ੁਕਰੀਆ। ਯੂਵਾ ਸਾਹਿਤ ਅਕੈਡਮੀ ਵਾਸਤੇ ਨੋਮੀਨੇਟਡ ਵੀ ਹੋਈ ਹੈ। ਜੀ, ਕਿੰਨਵਾਂ ਕਿੰਨਵਾਂ ਐਡੀਸ਼ਨ ਆ ਗਿਆ? ਹੁਣੇ ਤਾਂ 11ਵਾਂ ਛਪ ਗਿਆ, 11ਵਾਂ ਐਡੀਸ਼ਨ ਆ ਗਿਆ। 10,000 ਕੀ ਕਾਰਨ ਰਿਹਾ ਇਸ ਕਿਤਾਬ ਦੇ ਨਾਲ ਸਕਸੈਸ? ਮੈਨੂੰ ਲੱਗਦਾ 2018 ਦੇ ਵਿੱਚ ਮੈਂ ਸ਼ੁਰੂ ਕੀਤੀ ਸੀ ਕਿਤਾਬ, ਹੈ ਨਾ, ਅਤੇ
ਮਾਲਵੇ ਦੇ ਪਿੰਡਾਂ ਦੀ ਕਹਾਣੀ ਹੈਗੀ। ਮੈਂ ਜਦੋਂ ਤੁਸੀਂ ਮਾਲਵੇ 'ਚ ਜਾਓਗੇ ਨਾ, ਤੁਹਾਨੂੰ ਲੱਗੂਗਾ ਕਿ ਉੱਥੇ ਇੱਥੋਂ ਨਾਲੋਂ ਥੋੜ੍ਹੇ ਹਾਲਾਤ ਡਿਫਰੈਂਟ ਨੇਗੇ, ਕਿਉਂਕਿ ਆਰਥਿਕ ਪੱਖ 'ਤੇ ਲੋਕ ਇੰਨੇ ਮਜ਼ਬੂਤ ਨਹੀਂ ਹੈਗੇ। ਥੋੜ੍ਹਾ ਜਿਹਾ ਪੜ੍ਹਾਈ ਲਿਖਾਈ ਦਾ ਵੀ ਫਰਕ ਹੈ ਅਤੇ ਉੱਥੋਂ ਦੀਆਂ ਸਥਿਤੀਆਂ ਦਾ ਫਰਕ ਹੈਗਾ। ਲੋਕ ਜ਼ਿਆਦਾ ਸਫ਼ਰ ਕਰਦੇ ਨੇ ਕਿਉਂਕਿ ਪਾਣੀ ਵੀ ਨਹੀਂ ਚੰਗੇ ਹੈਗੇ। ਪਾਣੀ ਦਾ ਬੰਦੇ ਦੀ ਆਰਥਿਕਤਾ ਦੇ ਨਾਲ ਅਤੇ ਸ਼ਹਿਰ ਦੇ ਨਾਲ ਆਸੇ ਪਾਸੇ ਦੇ ਨਾਲ ਬਹੁਤ ਸੰਬੰਧ ਹੁੰਦਾ ਹੈਗਾ। ਨਰਮਾ ਹੁੰਦਾ ਸੀਗਾ, ਉੱਥੇ ਸਰ੍ਹਾਂ ਆਉਂਦੀਆਂ ਸੀਗੀਆਂ ਜਾਂ ਜਿਹੜੀਆਂ ਵੀ ਫਸਲਾਂ ਸੀਗੀਆਂ ਨਾ, ਉਹ ਇਹ ਨਹੀਂ ਸੀ ਕਿ ਝੋਨਾ ਹੁੰਦਾ ਸੀਗਾ, ਤਾਂ ਕਰਕੇ ਥੋੜ੍ਹੇ ਆਰਥਿਕ ਪੱਖ ਤੋਂ ਲੋਕ ਕਮਜ਼ੋਰ ਰਹੇ। ਇਹ ਲੋਕਾਂ ਨੇ ਜਦੋਂ ਮੈਂ ਲਿਖਿਆ ਨਾ ਨਾਵਲ, ਉਹਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ, ਔਰਤ ਦੀਆਂ ਸਮੱਸਿਆਵਾਂ, ਖਾਸ ਕਰਕੇ ਕਿ ਸਾਡੇ ਸਮਾਜ ਦੇ ਵਿੱਚ ਕਿਵੇਂ ਇੱਕ ਔਰਤ ਨੂੰ ਸਫ਼ਰ ਕਰਨਾ ਪੈਂਦਾ ਜਦੋਂ ਉਹ ਪੜ੍ਹੀ ਲਿਖੀ ਹੈ ਨਹੀਂ ਗੀ। ਉਹ ਦੋ ਪੀਰੀਅਡ ਦਿਖਾਏ ਨੇ, ਪਰ ਜਦੋਂ ਉਹ ਪੜ੍ਹ ਵੀ ਜਾਂਦੀ ਆ ਫਿਰ ਕਿਵੇਂ ਸਫ਼ਰ ਕਰਨਾ ਪੈਂਦਾ, ਦੋਨੇ ਗੱਲਾਂ ਨੇ। ਤਾਂ ਕਰਕੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕਾਂ ਦੀ ਗੱਲ ਸੀ ਤਾਂ ਜ਼ਿਆਦਾ ਪੜ੍ਹਿਆ ਗਿਆ ਨਾਵਲ ਨੂੰ। ਮਾਝੇ ਦੇ ਮੁਕਾਬਲੇ ਮਾਲਵੇ ਦੇ ਵਿੱਚ ਰੀਡਰ ਵੀ ਵੱਧ ਨੇ। ਹਾਂ, ਮੈਂ ਮਾਝੇ ਬਾਰੇ ਮੈਂ ਪਹਿਲਾਂ ਵੀ ਜਦੋਂ ਆਪਾਂ ਲਾਸਟ ਟਾਈਮ ਮਿਲੇ ਸੀ ਮੈਂ ਇਹ ਗੱਲ ਕਿਹਾ ਸੀ ਕਿ ਮਾਝੇ ਨੇ ਦੁੱਖ ਵਾਲੇ ਝੱਲੇ ਆ। ਬਿਲਕੁਲ ਬਿਲਕੁਲ। ਜਿਹੜੇ ਪੁਰਾਣੇ ਵੱਡੇ ਸਥਾਪਿਤ ਸੀਗੇ ਲੇਖਕ ਉਹ ਮਾਝੇ ਦੇ ਸੀਗੇ, ਪਰ ਫਿਰ ਮਾਝੇ 'ਤੇ ਇੱਕ ਇਹੋ ਜਿਹਾ ਦੌਰ ਆਇਆ ਵੀ ਮਾਝੇ ਤੋਂ ਕਿਤਾਬ ਛੁੱਟ ਗਈ। ਕਿਉਂਕਿ ਤੁਸੀਂ ਤਾਂ ਮਾਝੇ ਦਾ ਸੁਣ, ਤੁਸੀਂ ਤਾਂ ਜ਼ਿਆਦਾ ਇੱਥੋਂ ਦੇ ਭੂਗੋਲਿਕ ਸਥਿਤੀਆਂ ਤੋਂ ਵਾਕਫ ਹੋ ਕੇ ਇੱਕ ਇਹੋ ਜਿਹਾ ਦੌਰ ਆਇਆ ਵੀ ਲਗਾਤਾਰ 10-15 ਸਾਲ ਤੱਕ ਵੀ ਮਾਝਾ ਪੀੜਤ ਰਿਹਾ ਬਹੁਤ, ਤਾਂ ਕਰਕੇ ਕਿਤਾਬ ਛੁੱਟ ਗਈ। ਹੁਣ ਉਹ ਪਾਠਕ, ਮੈਨੂੰ ਲੱਗਦਾ ਹੁਣ ਇਹ ਸੋਹਣਾ ਕੰਮ ਹੈ ਤੁਹਾਡਾ, ਖਾਸ ਕਰਕੇ ਤੁਹਾਡੀ ਸਾਰੀ ਟੀਮ ਦਾ ਇਹ ਸੋਹਣਾ ਕੰਮ ਹੈ ਕਿ ਤੁਸੀਂ ਮਾਝੇ ਨੂੰ, ਮਾਝੇ ਦੇ ਵਿੱਚ ਕਿਤਾਬ, ਮੈਂ ਕਹਿੰਦਾ, ਮੈਂ ਕਹਿੰਦਾ ਕਿ ਸਨੀ ਪੱਖੋ ਕਿ ਮਾਝੇ ਦੇ ਵਿੱਚ ਇਕੱਲਾ ਬੰਦਾ ਜਿਹੜਾ ਕਿਤਾਬ ਪ੍ਰਮੋਟ ਕਰ ਰਿਹਾ। ਨਹੀਂ ਨਹੀਂ ਬਿਲਕੁਲ, ਸਨੀ ਭਾਣਾ ਦਾ ਵੀ ਬਹੁਤ ਤਗੜਾ। ਜੀ ਜੀ ਹਾਂਜੀ। ਅਤੇ ਮਾਖਾ ਜੀ, ਤੁਸੀਂ ਲਿਖਣਾ ਸ਼ੁਰੂ ਕਦੋਂ ਕੀਤਾ ਅਤੇ ਕਦੋਂ ਲੱਗਾ ਕਿ ਹਾਂ ਮੈਂ ਨਾਵਲ ਲਿਖਣ ਜੋਗਾ ਹੋ ਗਿਆ? ਐਕਚੁਲੀ ਮੈਂ ਨਾ ਇੱਕ ਵਹਿਮ ਪਾਲਿਆ ਹੋਇਆ ਸੀਗਾ, ਵਹਿਮ ਸ਼ੁਰੂ ਦੇ ਵਿੱਚ ਵਹਿਮ ਪਾਲਿਆ ਹੋਇਆ ਸੀਗਾ। ਉਹ ਮੈਂ ਇੱਕ ਇੰਟਰਵਿਊ ਦੇ ਵਿੱਚ ਵੀ ਗੱਲ ਵੀ ਦੱਸੀ ਸੀ ਕਿ ਵੀ ਮੈਥੋਂ, ਮੈਂ ਨਾ ਇੱਕ ਪੜ੍ਹਨ ਦੇ ਵਿੱਚ ਮੈਂ ਕਮਜ਼ੋਰ ਸੀਗਾ, ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਨਹੀਂ ਸੀਗਾ, ਪਰ ਮੈਨੂੰ ਨਾ ਜਿਹੜੀਆਂ ਕਿਤਾਬਾਂ ਤੋਂ ਬਿਨਾਂ ਦੂਜੀਆਂ ਕਹਾਣੀਆਂ ਹੋ ਗਈਆਂ ਜਾਂ ਲੇਖ ਹੋ ਗਏ, ਅਖਬਾਰ ਹੋ ਗਿਆ, ਉਹ ਪੜ੍ਹਨ ਦਾ ਸ਼ੌਂਕ ਸੀਗਾ। ਅਤੇ ਤਾਂ ਕਰਕੇ ਇੱਕ ਵਾਰ ਨਾ ਸਕੂਲ 'ਚ ਕੀ ਹੋਇਆ ਕਿ ਸਾਥੋਂ ਲੇਖ ਲਿਖਵਾਇਆ, ਅਤੇ ਉਹ ਲੇਖ ਦੇ ਭਗਤ ਸਿੰਘ ਦੇ ਉੱਪਰ ਸੀਗਾ। ਉਹ ਲੇਖ ਦੇ ਵਿੱਚੋਂ ਮੈਨੂੰ ਫਸਟ ਕੱਢਤਾ, ਸਾਰੀ ਕਲਾਸ ਦੇ ਵਿੱਚ ਰੌਲਾ ਪੈ ਗਿਆ ਸਾਡੀ 'ਚ ਵੀ ਇਹਨੂੰ ਫਸਟ ਕਿਵੇਂ ਕੱਢਦਾ, ਨਲਾਇਕ ਬਹੁਤ ਆ ਪੜ੍ਹਨ ਦੇ ਵਿੱਚ। ਪਰ ਉਹ ਉਹਨਾਂ ਨੇ ਲੇਖ, ਜਿਵੇਂ ਕਹਿੰਦੇ ਹੁੰਦੇ ਕਿ ਉਹਨਾਂ ਨੇ ਲੇਖ ਲਿਖਿਆ ਸੀਗਾ ਵੀ ਭਗਤ ਸਿੰਘ ਦੀ ਕਦੋਂ ਜਨਮ ਹੋਇਆ, ਕਦੋਂ ਉਹਨੇ ਕੀ ਕੰਮ ਕੀਤਾ, ਬੰਬ ਸਿੱਟਿਆ, ਉਹ ਮੇਰਾ ਸਾਰਾ ਲੇਖ ਸੀਗਾ ਉਹਦੀ ਆਈਡੋਲੋਜੀ ਦੇ ਉੱਪਰ, ਉਹਦੀ ਵਿਚਾਰਧਾਰਾ ਦੇ ਉੱਪਰ। ਅਤੇ ਸਾਡੇ ਟੀਚਰ ਨੇ ਉਦੋਂ ਪਹਿਲੀ ਵਾਰੀ ਉਹ ਕਲਾਸ ਦੇ ਵਿੱਚ ਵਰਡ ਯੂਜ਼ ਕੀਤਾ ਕਿ ਇਹਨੇ ਲੇਖ ਲੇਖਕਾਂ ਵਾਂਗੂ ਲਿਖਿਆ, ਅਤੇ ਮੈਂ ਉਹ ਸ਼ਬਦ ਨੂੰ ਮਤਲਬ ਕਿ ਐਂ ਮੰਨ ਲਿਆ ਵੀ ਮੈਂ ਲੇਖਕ ਹਾਂ। ਉਦੋਂ ਮੈਂ 7ਵੀਂ ਕਲਾਸ ਦੇ ਵਿੱਚ ਸੀਗਾ, ਬੱਚੇ ਦੇ ਦਿਮਾਗ 'ਚ ਵੀ ਗੱਲ ਬਹਿ ਜਾਂਦੀ। ਹਾਂ ਵੀ ਮੈਂ ਲੇਖਕ ਹਾਂ। ਫਿਰ ਮੈਂ ਕਵਿਤਾਵਾਂ ਚੋਰੀ ਕਰਕੇ ਨਾਲਦਿਆਂ ਨੂੰ ਸੁਣਾਉਂਦਾ ਹੁੰਦਾ ਵੀ ਸੁਰਜੀਤ ਪਾਤਰ ਦੀਆਂ, ਜਗਤਾਰ ਦੀਆਂ, ਉਦਾਸੀ ਦੀਆਂ ਵੀ ਮੈਂ ਲਿਖੀ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ। ਮੈਂ ਇਹ ਗੱਲ ਪੱਲੇ ਬੰਨੀ ਵੀ ਸੀ ਵੀ ਮੈਂ ਲੇਖਕ ਹਾਂ, ਪਰ ਹੌਲੀ ਹੌਲੀ ਜਦੋਂ ਤੁਸੀਂ ਕਿਸੇ ਖਿਆਲ ਨੂੰ ਜਿਉਣ ਲੱਗ ਜਾਂਦੇ ਹੋ, ਉਹ ਆਸੇ ਪਾਸੇ ਵਾਈਬਸ ਆਉਣ ਲੱਗ ਜਾਂਦੀਆਂ ਨੇ, ਫਿਰ ਚੰਗਾ ਲੱਗਣ ਲੱਗ ਜਾਂਦਾ ਹੈਗਾ ਬੰਦਾ ਜਦੋਂ ਪ੍ਰਟੈਂਡ ਕਰਨ ਲੱਗ ਜਾਂਦਾ ਕੁਛ। ਹਾਂ ਹੌਲੀ ਹੌਲੀ ਬਣਦਾ ਜਾਂਦਾ। ਬਿਲਕੁਲ ਬਿਲਕੁਲ। ਪਰ ਨਾਵਲ ਦਾ ਇਹ ਸੀਗਾ ਕਿ ਮੈਂ ਆਸੇ ਪਾਸੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਸੀ ਉਹ ਵੇਖ, ਜਦੋਂ ਇੱਕ ਲੇਖਕ ਮਨ ਹੁੰਦਾ ਜਿਹੜਾ ਉਹ ਸੰਜੀਦਾ ਹੁੰਦਾ, ਚੀਜ਼ਾਂ ਕੈਚ ਕਰਕੇ ਮਨ 'ਚ ਹੀ ਰੱਖ ਲੈਂਦਾ, ਜਿਹੜੀਆਂ ਚੀਜ਼ਾਂ ਆਸੇ ਪਾਸੇ ਵਾਪਰ ਰਹੀਆਂ ਸੀਗੀਆਂ ਉਹ ਮੈਂ ਰੱਖ ਲਈਆਂ। ਉਦੋਂ ਪੂਰਨਮਾਸ਼ੀ ਪੜ੍ਹਿਆ, ਨੰਗੀ ਧੁੱਪ ਪੜ੍ਹਿਆ, ਬਲਵੰਤ ਗਾਰਗੀ ਦਾ ਇਹੋ ਹਮਾਰਾ ਜੀਵਨਾ ਨਾਵਲ ਮੈਂ ਪੜ੍ਹਨੇ ਸ਼ੁਰੂ ਕੀਤੇ ਜਦੋਂ 15 ਤੋਂ ਬਾਅਦ, ਮੈਨੂੰ ਵੀ ਲੱਗਿਆ ਵੀ ਮੈਂ ਵੀ ਗਲਪ ਦੇ ਵਿੱਚ ਕੰਮ ਕਰ ਸਕਦਾ। ਫਿਰ ਮੈਂ 4 ਪੇਜਾਂ ਦਾ ਇੱਕ ਆਰਟੀਕਲ ਲਿਖ ਲਿਆ, ਫਿਰ ਉਹਨੂੰ ਵਧਾ ਕੇ ਮੈਂ ਵੀ ਹੋਰ ਇਹਦੇ ਵਿੱਚ ਪਾਤਰ ਘੁੰਮਣ ਲੱਗ ਗਏ ਆਸੇ ਪਾਸੇ ਜਿਹੜੇ।
ਉਹ 16 ਦਾ ਕਰਤਾ, 32 ਦਾ ਕਰਤਾ, ਹੌਲੀ ਹੌਲੀ ਫਿਰ ਉਹ ਨਾਵਲ ਬਣ ਗਿਆ। ਮੈਨੂੰ ਪਤਾ ਨਹੀਂ ਸੀਗਾ ਵੀ ਮੈਂ ਨਾਵਲ ਲਿਖ ਰਿਹਾ। 2019 ਦੇ ਵਿੱਚ ਆ ਕੇ ਉਹਨੂੰ ਮੈਂ ਕੰਪਲੀਟ ਕੀਤਾ। ਮੰਨ ਕੇ ਚੱਲੋ ਮੇਰੇ ਵਰਗੇ ਨੇ ਨਾਵਲ ਲਿਖਣੀ ਹੋਵੇ, ਰਾਈਟਰ ਬਣਨਾ ਹੋਵੇ, ਤੇ ਤੁਹਾਨੂੰ ਕੀ ਲੱਗਦਾ ਕਿ ਕੀ ਪੜ੍ਹਨਾ ਚਾਹੀਦਾ, ਕੀ ਪੜ੍ਹਨਾ ਚਾਹੀਦਾ, ਰეკਮੈਂਡ ਕਰੋ? ਮੈਨੂੰ ਇਹ ਲੱਗਦਾ ਕਿ ਵੀ ਨਾਵਲ ਦੇ ਵਿੱਚ ਕਰਮਜੀਤ ਕੁੱਸਾ ਇੱਕ ਸਾਡਾ ਨਾਵਲਕਾਰ ਹੈ, 7 ਨਾਵਲ ਉਹਨਾਂ ਦੇ ਹੈਗੇ ਆ ਕਿ ਉਹ ਹੁਣ ਜੱਗ 'ਤੇ ਤਾਂ ਹੈ ਨਹੀਂ, ਪਰ ਉਹਨਾਂ ਦੀ ਕਿਹਾ ਜਾਂਦਾ ਕਿ ਉਹਨਾਂ ਦੀ ਘਰਵਾਲੀ ਨੇ ਉਹ ਨਾਵਲ ਛਾਪੇ ਸੀਗੇ। ਅਤੇ ਉਹ ਨਾਵਲ ਦੀ ਜਿਹੜੀ ਉਹਨਾਂ ਦੀ ਵਿਧਾ ਗਈ ਲਿਖਣ ਦਾ ਤਰੀਕਾ, ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈਗਾ ਕਰਮਜੀਤ ਕੁੱਸਾ ਦਾ। ਅਤੇ ਬਾਕੀ ਫਿਰ ਬਾਪੂ ਜਸਵੰਤ ਕਮਲ ਹੋ ਗਿਆ ਹੈ ਨਾ, ਅਤੇ ਅਣਖੀ ਦੇ ਨਾਵਲ ਹੋ ਗਏ ਪੰਜਾਬੀ ਦੇ ਵਿੱਚ, ਇਹ ਕਮਾਲ ਦੇ ਬੰਦੇ ਨੇ ਜਿਹਨਾਂ ਨੇ ਨਾਵਲ ਦੇ ਵਿੱਚ ਕੰਮ ਕੀਤਾ। ਮੈਂ ਕਦੇ ਕਦੇ ਕਹਿੰਦਾ ਵੀ ਅਣਖੀ ਨੇ ਵੀ ਕੋਠੇ ਖੜਕ ਸਿੰਘ ਦੇ ਵਿੱਚ 1990 ਦੇ ਵਿੱਚ ਕੁੜੀਆਂ ਬੁੜੀਆਂ ਨੂੰ ਸ਼ਰਾਬ ਪੀਂਦੇ ਦਿਖਾਤਾ, ਉਦੋਂ ਮੈਨੂੰ ਲੱਗਦਾ ਵੀ ਇਹ ਗੱਲ ਔੜ ਜਿਹੀ ਲੱਗਦੀ ਹੋਊਗੀ। ਹੁਣ ਲੱਗਦਾ ਵੀ ਪਤਾ ਨਹੀਂ ਤਾਂ ਉਹ ਦੂਰ ਅੰਦੇਸ਼ਤਾ ਸੀਗੀ, ਪਰ ਹੁਣ ਪੀਣ ਲੱਗ ਗਈਆਂ ਸਾਰੇ। ਇਹ ਹੈਗੀ ਹੈ ਸਮਾਜ ਦੇ ਵਿੱਚ ਕਿ ਹੁਣ ਕਹਿੰਦੇ ਵੀ ਕੁੜੀਆਂ ਹੀ ਪੀ ਲੈਂਦੀਆਂ। ਹਾਂ, ਅਸਲ 'ਚ ਆਸੇ ਪਾਸੇ ਜਦੋਂ ਅਸੀਂ ਦੇਖ ਕੇ ਤੁਰਦੇ ਨਾ ਵੀ ਕੀ ਚੱਲੀ ਜਾਂਦਾ, ਸਾਡੇ ਤਾਂ ਹਰ ਇੱਕ ਘਰ ਦੇ ਵਿੱਚ ਹੀ ਨਾਵਲ ਆ ਬਾਈ। ਤੁਸੀਂ ਪਿੰਡਾਂ 'ਚ ਜਾਓਗੇ ਨਾ, ਹਰ ਇੱਕ ਘਰ ਦੇ ਵਿੱਚ ਹੀ ਨਾਵਲ ਹੈ ਵੀ। ਉੱਥੇ ਉਹਨਾਂ ਦੀਆਂ ਸਮੱਸਿਆਵਾਂ ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਵੀ ਯਾਰ, ਜ਼ਿੰਦਗੀ ਇੰਨੀ ਵੀ ਮਤਲਬ ਕਿ ਹਾਰਡ, ਇੰਨੀ ਕਠੋਰ ਜ਼ਿੰਦਗੀ ਹੈਗੀ ਹੈ ਨਾ, ਜਿਹਨੂੰ ਜੇ ਅਸੀਂ ਕਾਗਜ਼ੇ ਅੱਜ ਨਵੀਂ ਉਮਰ ਦੇ ਮੁੰਡੇ ਪੜ੍ਹਦੇ ਨੇ ਜਿਨ੍ਹਾਂ ਨੇ ਸਮਾਜ ਦਾ ਉਹ ਅੰਦਰਲਾ ਦੂਜਾ ਪਾਸਾ ਨਹੀਂ ਦੇਖਿਆ ਹੈ ਨਾ, ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਜ਼ਿੰਦਗੀ ਇੰਨੀ ਔਖੀ ਹੈਗੀ। ਪਰ ਸੱਚੀਓ ਮਤਲਬ ਕਿ ਇੱਕ ਲੋਅਰ ਮਿਡਲ ਕਲਾਸ ਵਾਲੇ ਬੰਦੇ ਦੀ, ਇੱਕ ਛੋਟੇ ਜ਼ਿਮੀਂਦਾਰ ਦੇ ਅੰਦਰ ਬਹੁਤ ਸਮੱਸਿਆਵਾਂ ਨੇਗੀਆਂ ਐਡੀ। ਮੈਂ ਕਹਿੰਦਾ ਨਾ ਕਿ ਜੇ ਇੱਕ ਛੋਟੇ ਜ਼ਿਮੀਂਦਾਰ ਦੇ ਘਰ ਇੱਕ ਖੂਬਸੂਰਤ ਔਰਤ ਆ ਜਾਏ ਨਾ, ਉਹਨੂੰ ਸਾਂਭ ਕੇ ਰੱਖਣਾ ਵੀ ਇੱਕ ਸਮੱਸਿਆ ਹੈਗੀ। ਸਮਾਜ ਉਹਨੂੰ ਸਾਂਭਣ ਵੀ ਨਹੀਂ ਦਿੰਦਾ ਹੈਗਾ, ਉਹਦੇ 'ਤੇ ਆਸੇ ਪਾਸੇ ਦੀਆਂ ਜੱਗ ਜਹਾਨ ਦੀਆਂ ਨਿਗਾਹਾਂ ਹੁੰਦੀਆਂ ਅਤੇ ਕਬੀਲਦਾਰੀ ਛੋਟੀ ਹੁੰਦੀ ਆ ਹੈ ਨਾ, ਪਰ ਉਹਨੂੰ ਸਾਂਭਣਾ ਵੀ ਇੱਕ ਬਹੁਤ ਵੱਡੀ ਦਿੱਕਤ ਹੈ। ਇਹ ਟੌਪਿਕ ਦੇ ਉੱਪਰ ਮੈਨੂੰ ਲੱਗਦਾ ਕਿ ਇੱਕ ਬਹੁਤ ਸੋਹਣਾ ਨਾਵਲ ਬਣ ਸਕਦਾ ਹੈਗਾ। ਵੱਡੀ ਗੱਲ ਜੀ, ਬਿਲਕੁਲ। ਅਤੇ ਤੁਸੀਂ ਕਿਤਾਬ ਹੱਟ ਵੀ ਸ਼ੁਰੂ ਕੀਤਾ? ਹਾਂ, ਵੱਡਾ ਪਲੇਟਫਾਰਮ ਦੇ ਰਹੇ ਹੋ, ਲੋਕਾਂ ਨੂੰ ਕਿਤਾਬਾਂ ਨਾਲ ਜੋੜ ਰਹੇ ਹੋ। ਅਸਲ ਦੇ ਵਿੱਚ ਦੁਨੀਆਂ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਵਿੱਚ ਸਾਰੀਆਂ ਭਾਸ਼ਾਵਾਂ ਦੇ ਵਿੱਚ ਰੁਜ਼ਗਾਰ ਹੈਗਾ ਜੀ। ਅਸੀਂ ਇਹ ਗੱਲ ਜਾਣਨਾ ਚਾਹੁੰਦਾ ਕਿ ਫਿਰ ਤੋਂ ਹੀ ਗੱਲ ਮੰਨ ਕੇ ਚੱਲੋ ਕਿ ਮੇਰੇ ਵਰਗੇ ਨੇ ਤੁਹਾਡੇ ਵਾਂਗੂ ਬਿਜ਼ਨਸ ਸ਼ੁਰੂ ਕਰਨਾ ਹੋਵੇ ਕਿਤਾਬ ਹੱਟ ਦਾ ਹੀ, ਕਿ ਇਹ ਇਸ ਬਿਜ਼ਨਸ ਦੇ ਵਿੱਚ ਕਮਾਈ ਹੈ ਨੌਜਵਾਨ ਵਾਸਤੇ? ਅਸਲ ਵਿੱਚ ਮੈਨੂੰ ਲੱਗਦਾ ਵੀ ਸਾਨੂੰ ਕੰਮ ਉਹ ਕਰਨਾ ਚਾਹੀਦਾ ਜਿਹੜੇ ਕੰਮ ਦੇ ਵਿੱਚ ਸਾਡਾ ਇੰਟਰਸਟ ਹੈ। ਕਿਤਾਬਾਂ ਦੇ ਵਿੱਚ ਮੈਨੂੰ ਕਿਤਾਬਾਂ ਖਰੀਦਣੀਆਂ ਬਹੁਤ ਚੰਗੀਆਂ ਲੱਗਦੀਆਂ ਸੀਗੀਆਂ ਹੈ ਨਾ, ਅਤੇ ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਸੀ, ਪਰ ਮੈਂ ਦੇਖਦਾ ਸੀ ਕਿ ਜਿਵੇਂ ਇੰਗਲਿਸ਼ ਹੈਗੀ, ਇੰਗਲਿਸ਼ ਨੇ ਆਪਦੇ ਰਾਈਟਰਾਂ ਨੂੰ ਰੁਜ਼ਗਾਰ ਦਿੱਤਾ ਹੈ ਨਾ, ਉਹਨਾਂ ਨੂੰ ਚੰਗੀ ਰੋਇਲਟੀ ਮਿਲਦੀ ਆ ਉਹਨਾਂ ਦੀਆਂ ਕਿਤਾਬਾਂ, ਸਾਰਾ ਕੁਛ ਹਿੰਦੀ ਹੈ ਸਾਰੀਆਂ ਭਾਸ਼ਾਵਾਂ ਦੇ। ਪੰਜਾਬੀ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਕਿਹਾ ਜਾਂਦਾ ਸੀ ਵੀ ਟੀਚਿੰਗ ਲਾਈਨ ਨੂੰ ਛੱਡ ਦੇ ਕੇ ਪੰਜਾਬੀ ਰੁਜ਼ਗਾਰ ਨਹੀਂ ਦਿੰਦੀ ਹੈਗੀ, ਪਰ ਤੁਹਾਡੇ ਅੰਦਰ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈਗੀ, ਤੁਹਾਡੇ ਕੋਲ ਆਈਡੀਆ ਹੋਣਾ ਚਾਹੀਦਾ ਹੈ ਨਾ। ਜਿਵੇਂ ਮੈਂ ਕਹਿੰਦਾ ਕਿ ਨਵੇਂ ਮੁੰਡਿਆਂ ਨੇ ਇੱਕ ਆਈਡੀਆ ਲੈ ਕੇ ਆਉਂਦਾ, ਜਿਵੇਂ ਸਨੀ ਪੱਖੋ ਕੇ ਹੋ ਗਿਆ ਹੈ ਨਾ, ਕਿਤਾਬਾਂ ਦਾ ਕੰਮ ਕਰਦਾ ਹੈ ਨਾ, ਬੇਰੁਜ਼ਗਾਰ ਮੁੰਡਾ ਸੀਗਾ, PhD ਕਰਦਾ ਸੀਗਾ ਹੈ ਨਾ, ਪਰ ਆਪਦੀ ਮਿਹਨਤ ਦੇ ਨਾਲ ਆਪਦੇ ਆਈਡੀਏ ਦੇ ਨਾਲ ਉਹਨੇ ਕਿਤਾਬਾਂ ਦਾ ਕੰਮ ਸ਼ੁਰੂ ਕੀਤਾ, ਅੱਜ ਉਹਦਾ ਬਿਜ਼ਨਸ ਬਣ ਗਿਆ। ਅੱਜ ਪੰਜਾਬ ਦੇ ਵਿੱਚ ਕਹਿੰਦੇ ਸਨੀ ਪੱਖੋ ਕੇ ਸਭ ਤੋਂ ਵੱਧ ਕਿਤਾਬਾਂ ਵੇਚਦਾ
ਹੈ ਨਾ, ਅਸੀਂ ਆਉਂਦੇ ਹੋਏ ਗੱਲ ਕਰੀ ਜਾਂਦੇ ਬੰਦਾ ਮਰ ਵੀ ਸਕਦਾ 10,000 ਤੋਂ ਉੱਪਰ ਵਿਕ ਗਈ ਹੈ ਨਾ, ਵੱਡੀ ਵੱਡੀ ਗੱਲ ਹੈ। ਬੁਸ਼ਰਾ ਨਾਜ਼ ਨੂੰ ਪੰਜਾਬ ਦੇ ਵਿੱਚ, ਇੱਧਰਲੇ ਪੰਜਾਬ ਦੇ ਵਿੱਚ ਪ੍ਰਮੋਟ ਕੀਤਾ ਹੈਗਾ, ਰੁਜ਼ਗਾਰ ਬਹੁਤ ਸੋਹਣਾ ਰੁਜ਼ਗਾਰ ਆ ਬਈ ਕਿਤਾਬਾਂ ਦੇ ਵਿੱਚ ਨਵੇਂ ਮੁੰਡਿਆਂ ਨੂੰ, ਨਾਲੇ ਇੱਕ ਇਹ ਹੈ ਕਿ ਸਕੂਨ ਵੀ ਹੈ। ਇਹ ਜ਼ਿਆਦਾ ਮੇਰੇ ਵਾਸਤੇ ਇਹ ਵੀ ਜ਼ਿਆਦਾ ਜ਼ਰੂਰੀ ਸੀ ਕਿ ਆਪਾਂ ਨਾਲ ਨਾਲ ਇੱਕ ਪਾਰਟ ਟਾਈਮ ਜੋਬ ਵੀ ਇਹਨੂੰ ਬਣਾ ਕੇ ਤੁਰਨਾ ਹੈਗਾ। ਉਹ ਕਿਤਾਬ ਵੀ ਰਿਚ ਡੈਡ ਪੂਅਰ ਡੈਡ, ਹੁਣ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਇੱਕ ਕੰਮ ਕਰੋ ਅਤੇ ਤੁਹਾਡੀ ਗ੍ਰਹਿਸਥੀ ਚੱਲੀ ਜਾਊਗੀ, ਹੈ ਨਾ। ਹੁਣ ਤੁਹਾਨੂੰ ਨਾਲ ਨਾਲ ਸਮਾਲ ਸਮਾਲ ਬਿਜ਼ਨਸ ਸ਼ੁਰੂ ਕਰਨੇ ਚਾਹੀਦੇ ਨੇ ਜਿਹਦੇ ਵਿੱਚ ਤੁਹਾਡੀ ਐਨਰਜੀ ਘੱਟ ਲੱਗੇ, ਆਟੋਮੇਟਡ ਹੋਣ ਕੰਮ। ਇਹ ਆਟੋਮੇਟਡ ਕੰਮਾਂ ਦੇ ਵਿੱਚ ਆ ਜਾਂਦਾ ਵੀ ਹੁਣ ਕਿਤਾਬ ਔਨਲਾਈਨ ਕਿਤਾਬ ਵੇਚਦੇ ਹਾਂ ਆਪਾਂ, ਆਪਣੇ ਔਨਲਾਈਨ ਕਿਤਾਬਾਂ ਦੇ ਪੇਜ ਨੇ, ਹੈ ਨਾ, ਉਹਦੇ ਵਿੱਚ ਐਨਰਜੀ ਬਹੁਤ ਹੀ ਨਹੀਂ ਲੱਗਦੀ ਹੈਗੀ। ਤੁਸੀਂ ਔਡਰ ਰਿਪਲਾਈ ਕਰਨੇ ਨੇ ਬਸ, ਹੈ ਨਾ, ਹਾਂ, ਨਾਲ ਨਾਲ ਹੋਰ ਕੰਮ ਵੀ ਕਰ ਸਕਦਾ। ਹਾਂ, ਤਾਂ ਕਰਕੇ ਇਹ ਬਹੁਤ ਸੋਹਣਾ, ਮੈਨੂੰ ਤਾਂ ਸੋਹਣਾ ਲੱਗਿਆ ਕਿਤਾ। ਬਾਕੀ ਇਹ ਹੈ ਕਿ ਲੇਖਕਾਂ 'ਚ ਵਿਚਰੀਂਦਾ ਅਤੇ ਆਸੇ ਪਾਸੇ ਆਊਟਿੰਗ ਹੋ ਜਾਂਦੇ, ਵਧੀਆ ਚੀਜ਼ ਹੈਗੀ। ਹਾਂ, ਖਾਲਸਾ ਕੋਲਜ ਤਾਂ ਮੈਨੂੰ ਬਿਲਡਿੰਗ ਦੇਖ ਕੇ ਚਾਅ ਚੜ੍ਹ ਜਾਂਦਾ, ਇੰਨੀ ਸੋਹਣੀ ਬਿਲਡਿੰਗ ਬਣੀ ਹੋਈ ਹੈ ਨਾ, ਬਹੁਤ ਸੋਹਣਾ ਹੈਗਾ। ਅਤੇ ਨੌਜਵਾਨਾਂ ਦਾ ਵੈਸੇ ਉਂਝ ਵਾਸਟ ਲੈਵਲ 'ਤੇ ਰੁਝਾਨ ਬਾਹਰ ਜਾਣ ਦਾ ਆ ਜੀ, ਮੈਂ ਸੁਣਿਆ ਤੁਸੀਂ ਬਾਹਰ ਜਾਣ ਦੀ ਕੀਤੀ ਸੀ ਕੋਸ਼ਿਸ਼, ਦੱਸੋ ਕਿੱਸਾ। ਉਹ ਉਮਰ ਦਾ ਤਕਾਜ਼ਾ ਲਾ ਲਓ, ਸਮਝ ਛੋਟੀ ਸਮਝ ਲਾ ਲਓ, ਜਾਂ ਮਤਲਬ ਕਿ ਜਿਵੇਂ ਹੁਣ ਹੈ ਨਾ, ਮੈਨੂੰ ਕਦੇ ਕਦੇ ਹੁਣ ਚਿੜ ਮੱਚਦੀ ਹੁੰਦੀ ਆ ਵੀ ਇਹ ਬਾਹਰ ਨੂੰ ਕਾਹਤੋਂ ਭੱਜੇ ਜਾਂਦੇ ਨੇ ਯਾਰ, ਇਹਨਾਂ ਨੂੰ ਸਮਝ ਕਿਉਂ ਨਹੀਂ ਹੈਗੀ। ਫਿਰ ਮੈਨੂੰ ਲੱਗਦਾ ਵੀ ਮੈਂ ਵੀ ਕੋਸ਼ਿਸ਼ ਤਾਂ ਮੈਂ ਵੀ ਕੀਤੀ ਸੀ ਵੀ ਬਾਹਰ ਜਾ ਕੇ ਯਾਰ, ਬਾਹਰ ਪਤਾ ਨਹੀਂ ਕੀ ਹੈਗਾ ਨਾ। ਉਹ ਇੱਕ ਤਾਂ ਉਮਰ ਹੈਗੀ, ਇੱਕ ਨਾ ਸਮਝੀ ਹੈਗੀ, ਦੋ ਗੱਲਾਂ ਨੇ। ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ, ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬ ਦੇ ਵਿੱਚੋਂ ਪਲਾਨ ਬਾਹਰ ਨੂੰ ਹੋ ਰਿਹਾ। ਪੰਜਾਬ ਪਿਛਲੇ ਕਈ ਸੌ ਸਾਲਾਂ ਤੋਂ ਬਾਹਰ ਜਾ ਰਿਹਾ, ਲੋਕ ਇੰਗਲੈਂਡ ਜਾਂਦੇ ਸੀ, ਦੁਬਈ ਜਾਂਦੇ, ਪਰ ਸਾਨੂੰ ਇਹ ਦੇਖਣਾ ਪਊਗਾ ਵੀ ਪੰਜਾਬ ਪਹਿਲਾਂ ਕਿਵੇਂ ਬਾਹਰ ਗਿਆ ਅਤੇ ਹੁਣ ਕਿਵੇਂ ਜਾ ਰਿਹਾ। ਦੇਖੋ, ਲੋਕਾਂ ਨੇ ਜਾ ਕੇ ਉੱਥੇ ਆਪਦੇ ਬਿਜ਼ਨਸ ਸ਼ੁਰੂ ਕੀਤੇ, ਪੁਰਾਣੇ ਪੰਜਾਬੀਆਂ ਦੇ ਆਪਦੇ ਬਿਜ਼ਨਸ ਨੇ, ਉਹ ਕਾਮਯਾਬ ਹੋ ਗਏ, ਉਹ ਬਹੁਤ ਸੋਹਣੀ ਗੱਲ ਹੈ। ਪਰ ਹੁਣ ਤੁਸੀਂ ਤੁਹਾਡੇ 'ਚ ਸਮਝ ਘੱਟ ਹੈ, ਤੁਹਾਡੇ 'ਚ ਕ੍ਰੈਡੀਬਿਲਿਟੀ ਘੱਟ ਹੈ, ਤੁਹਾਡੇ 'ਚ ਕੋਈ ਆਰਟ ਨਹੀਂ ਹੈਗਾ, ਤੁਸੀਂ ਪਲੱਸ ਟੂ ਕੀਤੀ ਹੈ, ਆਇਲਸ ਕੀਤੀ ਹੈ, ਚਲੋ ਬਾਹਰ ਚਲੋ ਬਾਹਰ। ਇਹ ਹੈਗੀ ਵਰਕ ਫੋਰਸ, ਵਰਕ ਫੋਰਸਾਂ ਸ਼ਿਫਟ ਹੁੰਦੀਆਂ ਆਉਂਦੀਆਂ ਬਈ, ਸੋਚੇ ਨੇ ਦਿਮਾਗ 'ਚ ਜੇ ਗੋਲ ਹੀ ਨਹੀਂ ਪ੍ਰਪੇਅਰ ਕੀਤਾ ਕਿ ਯਾਰ ਮੈਂ ਕਰਨਾ ਕੀ ਹੈ, ਮੇਰਾ ਸਕਿੱਲ ਕੀ ਹੈ ਮੇਰੀ। ਵਰਕ ਫੋਰਸਾਂ ਨਾ ਸ਼ਿਫਟ ਹੁੰਦੀਆਂ ਆਉਂਦੀਆਂ ਨੇ, ਤੁਸੀਂ ਐਂ ਮੰਨੋ ਵੀ ਬਿਹਾਰ ਤੋਂ ਪੰਜਾਬ ਨੂੰ ਵਰਕ ਫੋਰਸ ਸ਼ਿਫਟ ਹੁੰਦੀ ਆ, ਮਗਰ ਉਹਨਾਂ ਪੰਜਾਬ ਉਹਨਾਂ ਦਾ ਕੈਨੇਡਾ ਹੈ ਨਾ, ਉਹ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਰੁਜ਼ਗਾਰ ਹੈ, ਪੰਜਾਬ ਦੇ ਵਿੱਚ ਬਹੁਤ ਪੈਸਾ ਹੈ, ਅਤੇ ਸਾਨੂੰ ਲੱਗਦਾ ਵੀ ਕੈਨੇਡਾ ਬਹੁਤ ਰੁਜ਼ਗਾਰ ਹੈ। ਸਾਡੀ ਵਰਕ ਫੋਰਸ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, UK ਉੱਧਰੋਂ ਸ਼ਿਫਟ ਹੋ ਰਹੀ ਹੈ। ਪਰ ਤੁਸੀਂ ਦੇਖੋ ਵੀ ਇੱਕ ਬੰਦਾ 2011 'ਚ ਟਰੱਕ ਚਲਾਉਣ ਲੱਗਿਆ ਉੱਥੇ, ਉਹ 2024 'ਚ ਵੀ ਟਰੱਕ ਚਲਾਈ ਜਾਂਦਾ। ਮੈਨੂੰ ਲੱਗਦਾ ਕਿ ਬੰਦੇ ਦੀ ਗਰੋਥ ਲਾਜ਼ਮੀ ਹੈ ਵੀ ਤੁਸੀਂ, ਤੁਹਾਡੀ ਗਰੋਥ ਹੋ ਰਹੀ ਹੈਗੀ ਐਜ਼ ਏ ਹਿਊਮਨ, ਹੈ ਨਾ, ਤੁਹਾਡਾ ਵਿਅਕਤੀਤਵ ਵੱਡਾ ਹੋ ਰਿਹਾ ਹੈ ਨਾ, ਤੁਹਾਡੀ ਸਮਝ ਵੱਡੀ ਹੋ ਰਹੀ ਹੈ। ਤੁਸੀਂ ਹਰ ਰੋਜ਼ ਤੁਸੀਂ ਆਪਦੇ ਬਿਜ਼ਨਸ ਦੇ ਵਿੱਚ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਤਾਂ ਉਹਦੇ ਵਿੱਚ ਤੁਹਾਡੀ ਗਰੋਥ ਹੋਣੀ ਲਾਜ਼ਮੀ ਹੈਗੀ। ਨੋਟ ਓਨਲੀ ਮਤਲਬ ਕਿ ਤੁਸੀਂ ਇਕੱਲੇ ਪੈਸੇ ਦੇ ਵਿੱਚ ਗਰੋਥ ਹੋਵੇ ਤੁਹਾਡੀ, ਮੈਨੂੰ ਲੱਗਦਾ ਕਿ ਤੁਹਾਡਾ ਵਿਅਕਤੀਤਵ ਵੀ ਵੱਡਾ ਹੋਵੇ, ਤੁਹਾਡਾ ਔਰਾ ਵੱਡਾ ਹੋਵੇ। ਅੱਜ ਆਪਾਂ ਅੰਮ੍ਰਿਤਸਰ ਬੈਠੇ ਹਾਂ ਕਿਉਂਕਿ ਆਪਾਂ ਮਿਲੇ ਹੈ ਨਾ, ਆਪਾਂ ਬਾਹਰ ਨਿਕਲੇ ਹੈ ਨਾ, ਇੱਥੇ ਕਿੰਨੇ ਬੰਦੇ ਮਿਲਣਗੇ, ਉਹਨਾਂ ਨਾਲ ਜਾਣ ਪਛਾਣ ਹੋਊਗੀ ਹੈ ਨਾ। ਇਹ ਤਾਂ ਕਰਕੇ ਵੀ ਸਕੂਲ ਦੇ ਵਿੱਚ ਬੱਚੇ ਬੱਝੇ ਰਹਿ ਜਾਂਦੇ ਨੇ ਉੱਥੇ, ਬਿਲਕੁਲ, ਤੇ ਅਜੇ ਉਹਨਾਂ ਨੇ ਜਾਂ ਯੂਨੀਵਰਸਿਟੀ ਵਾਲਾ ਐਟਮੋਸਫੇਅਰ ਨਹੀਂ ਵੇਖਿਆ, ਲੋਕਾਂ ਨਾਲ ਵਿਚਰੇ ਨਹੀਂ, ਸਿੱਧਾ ਹੀ ਬਾਹਰ ਚਲੇ ਗਏ, ਹਾਂ, ਜਾ ਕੇ ਕੰਮ 'ਚ ਲੱਗੇ ਤੇ ਉਸੇ ਕੰਮ 'ਚ ਹੀ ਜ਼ਿੰਦਗੀ। ਹਾਂ, ਉਸੇ ਕੰਮ 'ਚ ਹੀ ਜ਼ਿੰਦਗੀ। ਫਿਰ ਇਹ ਹੁੰਦਾ ਕਿ ਇੱਕ ਪੀਰੀਅਡ ਆਉਂਦਾ ਉਦੋਂ ਬੰਦੇ ਨੂੰ ਲੱਗਦਾ ਯਾਰ ਵੀ ਮੈਂ ਸਾਰੀ ਉਮਰ ਹੀ ਵੀ ਮੇਰੇ ਰਿਸ਼ਤੇ ਵੀ ਪਿੱਛੇ ਰਹਿ ਗਏ, ਮੇਰੇ ਬੱਚੇ ਵੀ ਮੇਰੇ ਮਤਲਬ ਕਿ ਮੇਰੀ ਕੇਅਰ ਨਹੀਂ ਕਰਦੇ ਹੈਗੇ।
ਅਸਲ 'ਚ ਜ਼ਿੰਦਗੀ ਜਿਉਣ ਦੀ ਕਲਾ ਬਾਰੇ ਪਤਾ ਹੋਣਾ ਬਹੁਤ ਲਾਜ਼ਮੀ ਆ। ਮੈਂ ਕਹਿੰਦਾ ਵੀ ਸਭ ਤੋਂ ਪਹਿਲੇ ਨੰਬਰ 'ਤੇ ਸਾਡੀ ਸਿਹਤ ਹੁੰਦੀ ਆ, ਫਿਰ ਸਾਡੇ ਰਿਸ਼ਤੇ ਹੁੰਦੇ ਆ, ਫਿਰ ਤੀਜੇ ਨੰਬਰ 'ਤੇ ਸਾਡਾ ਆਸਾ ਪਾਸਾ, ਸਾਡਾ ਪੈਸਾ, ਸਾਡੇ ਸਾਧਨ, ਇਹ ਚੀਜ਼ਾਂ ਹੁੰਦੀਆਂ। ਹੁਣ ਤੁਸੀਂ ਬਾਹਰ, ਮੈਨੂੰ ਕਈ ਵਾਰੀ ਇੰਨਾ ਦੁੱਖ ਲੱਗਦਾ ਨਾ ਇਹ ਗੱਲ ਸੱਚੀ ਬਈ, ਕਿਉਂਕਿ ਮੈਂ ਤਾਂ ਦੇਖਿਆ ਹੈਗਾ ਵੀ ਕਈ ਵਾਰੀ ਨਾ ਇਹ ਹੁੰਦਾ ਕਿ ਬੱਚੇ ਬਾਹਰ ਹੁੰਦੇ ਨੇ, ਇੱਧਰ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਅਤੇ ਹੁਣ 3-3 ਲੱਖ ਰੁਪਏ ਦੀ ਟਿਕਟ ਹੋ ਰਹੀ ਹੈ ਕੈਨੇਡਾ, ਸੰਸਕਾਰ 'ਤੇ ਨਹੀਂ ਆ ਸਕਦੇ ਫਿਰ, ਤੁਸੀਂ ਦੁੱਖ 'ਚ ਨਹੀਂ ਆ ਸਕਦੇ, ਤੁਸੀਂ ਸੁੱਖ 'ਚ ਨਹੀਂ ਆ ਸਕਦੇ, ਤੁਹਾਡਾ ਪੈਸਾ ਕਮਾਏ ਦਾ ਤੰਤ ਕੀ ਆ? ਤੁਹਾਡੇ ਹੋਣਗੀਆਂ ਤੁਹਾਡੇ ਕੋਲ ਵੀ ਘੜੀਆਂ ਹੋਣਗੀਆਂ, ਗੱਡੀਆਂ ਹੋਣਗੀਆਂ, ਪਰ ਸਾਧਨ ਅਸਲ ਮੈਂ ਨਾ ਪਿੱਛੇ ਇੱਕ ਆਰਟੀਕਲ ਲਿਖ ਕੇ ਪਾਇਆ ਸੀਗਾ ਕਿ ਆ ਜਿਹੜਾ ਹੁਣ ਆਪਣਾ ਕਿਸਾਨੀ ਸੰਘਰਸ਼ ਚੱਲੀ ਜਾਂਦਾ ਕਿ ਅਮੀਰੀ ਦਾ ਪੈਮਾਨਾ ਅਸੀਂ ਕਿੱਥੋਂ ਲਾ ਸਕਦੇ ਹਾਂ ਕਿ ਕੋਈ ਬਹੁਤ ਅਮੀਰ ਹੈ? ਇਹ ਕਹਿੰਦਾ ਕਿ ਪੰਜਾਬ ਸੋਨੇ ਦੀ ਚਿੜੀ ਹੈ, ਕਿਉਂ ਸੀ? ਇਹ ਤਾਂ ਹੈ ਨਹੀਂ ਕਿ ਸਾਡੇ ਕੋਲ ਅਸੀਂ ਅਮੈਰੀਕਾ ਤੋਂ ਅਮੀਰ ਸੀਗੇ, ਜਾਂ ਮਤਲਬ ਦੁਨੀਆਂ ਦੇ ਵਿੱਚ ਸਾਡੇ ਤੋਂ ਵੀ ਬਹੁਤ ਅਮੀਰ ਖਿੱਤੇ ਪਏ ਨੇ ਜਿੱਥੇ ਗੋਲਡ ਨਿਕਲਦਾ ਹੈ ਨਾ, ਪਰ ਸਾਨੂੰ ਪੰਜਾਬ ਨੇ, ਸਾਡੀ ਖੇਤੀ ਨੇ ਸਮਾਂ ਦਿੱਤਾ। ਅਸੀਂ 5-5 ਦਿਨ ਵਿਆਹਾਂ 'ਤੇ ਬੈਠੇ ਰਹਿੰਦੇ ਸੀਗੇ, ਹੈ ਨਾ, ਅਸੀਂ ਮਰਗ 'ਤੇ ਗਾਹਾਂ ਦੀ ਗਾਹਾਂ ਰਿਸ਼ਤੇਦਾਰੀਆਂ 'ਚ ਵੀ ਮਰਗਾਂ 'ਚ ਜਾਂਦੇ, ਖੁਸ਼ੀਆਂ 'ਤੇ ਜਾਂਦੇ, ਕਿਉਂਕਿ ਸਾਡੇ ਕੋਲ ਸਮਾਂ ਸੀ, ਹੈ ਨਾ, ਤਾਂ ਅਸੀਂ ਅਮੀਰ ਸੀ। ਅਤੇ ਜਦੋਂ ਸਾਡੇ ਕੋਲ ਸਮਾਂ ਹੁੰਦਾ ਅਸੀਂ ਖੁਸ਼ ਹੁੰਦੇ ਹਾਂ, ਸਾਡੇ 'ਤੇ ਬੇਸ਼ੱਕ ਕਰਜ਼ਾ ਵੀ ਹੋਵੇ ਪਰ ਸਾਡੇ ਆਸੇ ਪਾਸੇ ਭੈਣ ਭਰਾ ਇੰਨੇ ਹੁੰਦੇ ਆ ਜਿਹੜੇ ਸਾਨੂੰ ਸੰਭਾਲ ਲੈਂਦੇ ਆ। ਇੱਕ ਬੰਦਾ ਉਹਦੇ ਕੋਲ ਸਮਾਂ, ਇੰਨਾ ਸਮਾਂ ਨਹੀਂ ਕਿ ਉਹ ਆਪਦੇ ਮਾਂ ਦਾ, ਆਪਦੇ ਪਰਿਵਾਰ ਦਾ ਸੰਸਕਾਰ ਕਰ ਸਕੇ, ਕਿਉਂਕਿ ਉਹਦਾ ਕੰਮ ਛੁੱਟ ਜੂਗਾ, ਹੈ ਨਾ। ਇਹ ਇਹ ਕਿਵੇਂ ਦੀ ਅਮੀਰੀ ਹੈਗੀ? ਤੁਹਾਡੇ ਕੋਲ ਗੱਡੀ ਹੈਗੀ ਹੈ, ਪੈਸਾ ਚਲ ਹੁੰਦਾ ਹੈ, ਪੈਸਾ ਅੱਜ ਦੀ ਦੁਨੀਆਂ ਦੇ ਵਿੱਚ ਬਹੁਤ ਕੁਛ ਹੈ, ਪਰ ਸਮੇਂ ਤੋਂ ਵੱਡਾ ਕਦੇ ਕੁਛ ਵੀ ਨਹੀਂ ਹੋਇਆ ਹੈਗਾ। ਵਕਤ ਹਮੇਸ਼ਾ ਹੀ ਵੱਡਾ ਰਹੂਗਾ, ਜਿਹਦੇ ਕੋਲ ਜਿੰਨਾ ਵਕਤ, ਵੱਧ ਵਕਤ ਹੈ ਉਹ ਓਨਾ ਹੀ ਅਮੀਰ ਰਹੂਗਾ, ਮੈਨੂੰ ਇਹ ਲੱਗਦਾ। ਤੁਹਾਡੀ ਦੂਸਰੀ ਕਿਤਾਬ ਸਾਡੇ ਕੋਲ ਪਈ ਹੈ, ਤਾਜ਼ਾ ਚਰੀਟ। ਹਾਂ, ਤਾਜ਼ੀ ਚਰੀਟ ਕਿਤਾਬ ਸਾਡੇ ਕੋਲ ਹੈ, ਲਿਖਾਰੀ ਸਾਡੇ ਕੋਲ ਆ, ਪੜ੍ਹ ਕੇ ਸੁਣਾ ਦਿਓ। ਮੈਂ ਇਹ ਕਿਤਾਬ ਵਿੱਚੋਂ ਵਿੱਚੋਂ ਪੜ੍ਹਦਾ, ਜਦੋਂ ਪੜ੍ਹਦਾ ਓਕੇ, ਜਦੋਂ ਪੜ੍ਹਦਾ ਉੱਥੇ ਖੁੱਭ ਜਾਂਦਾ। ਇਹ ਨਾ ਮੈਂ ਅੱਜ ਦੇ ਹਾਲਾਤ ਨੇ ਜਿਹੜੇ ਉਹਨਾਂ 'ਤੇ ਇੱਕ ਕਵਿਤਾ ਜ਼ਰੂਰ ਬੋਲੂੰਗਾ ਕਿ ਜੋ ਪੰਜਾਬ ਨਾਲ ਹੋਇਆ, ਖਾਸ ਕਰਕੇ ਜਿਵੇਂ ਕਹਿੰਦੇ ਜੋ ਅੰਮ੍ਰਿਤਸਰ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਹੋਇਆ ਉਹ ਲਾ ਲਓ ਤੁਸੀਂ, ਜੋ 47 ਵੇਲੇ ਹੋਇਆ, 84 ਵੇਲੇ ਹੋਇਆ, 66 ਵੇਲੇ ਹੋਇਆ, ਹੈ ਨਾ, ਉਹ ਗੱਲਾਂ, ਅਤੇ ਜੋ ਅੱਜ ਵਾਪਰ ਰਿਹਾ ਕਿ ਸਾਡਾ ਮੁੰਡਾ ਮਰ ਗਿਆ ਪਰ ਦਿੱਲੀ ਦੇ ਵਿੱਚ ਖਬਰ ਤੱਕ ਨਹੀਂ ਲੱਗੀ, ਉਹਦੇ ਪਿੱਛੇ ਇਹ ਹੈ ਕਿ ਇਸ ਦੌਰ 'ਚ ਕਹੀ ਗਈ ਗੱਲ ਦੇ ਅਰਥ ਕੁਝ ਹੋਰ ਨਿਕਲ ਜਾਂਦੇ ਨੇ। ਆਖਦੇ ਹਾਂ ਕੋਹੇ ਨੂਰ ਜਿਨ੍ਹਾਂ ਨੂੰ, ਵਕਤ ਪੈਣ 'ਤੇ ਬੰਦੇ ਖੋਰ ਨਿਕਲ ਜਾਂਦੇ ਨੇ। ਕਾਹਦਾ ਕਰੀਏ ਸ਼ਿਕਵਾ ਗੈਰਾਂ ਉੱਤੇ, ਲੁੱਟ ਗਈ ਕੁੱਲੀ ਦਾ, ਪੰਨੇ ਕਿਤਾਬਾਂ ਦੇ ਦੱਸਦੇ ਕਿ ਘਰ ਦੇ ਭੇਤੀ ਹਰਾਮ ਖੋਰ ਨਿਕਲ ਜਾਂਦੇ ਨੇ। ਦੱਸੋ ਭਲਾ ਕਿਸ ਤਰ੍ਹਾਂ ਹੋਵੇ ਇਲਜ਼ਾਮ ਸਾਬਤ ਉਹਨਾਂ ਉੱਤੇ, ਖਾਮੋਸ਼ ਰਹਿੰਦੇ ਸੱਚ ਸਾਡੇ ਅਤੇ ਝੂਠ ਮਚਾ ਕੇ ਸ਼ੋਰ ਨਿਕਲ ਜਾਂਦੇ ਨੇ। ਖੋਰੇ ਕੀ ਦੋਸ਼ ਹੈ ਉਸ ਕੁਰਸੀ ਦੀ ਕਿਸਮਤ ਵਿੱਚ ਯਾਰੋ, ਸਰਕਾਰ ਵੀ ਬਦਲ ਗਈ ਨਾ, ਖੋਰੇ ਕੀ ਦੋਸ਼ ਹੈ ਉਸ ਕੁਰਸੀ ਦੀ ਕਿਸਮਤ ਵਿੱਚ ਯਾਰੋ, ਆਪ ਚੁਣ ਬਿਠਾਏ ਆਪਣੇ ਲੋਕ ਆਦਮ ਖੋਰ ਨਿਕਲ ਜਾਂਦੇ ਨੇ। ਇੱਕ ਲਾਸਟ ਸ਼ੇਅਰ ਦੇਖਿਓ ਕਿ ਸੁਣਿਆ ਗੰਗਾ ਲਾਗੇ ਸੰਵਿਧਾਨ ਲਚਕੀਲਾ ਅਤੇ ਨਰਮ ਬੜਾ, ਸੁਣਿਆ ਗੰਗਾ ਲਾਗੇ ਸੰਵਿਧਾਨ ਲਚਕੀਲਾ ਅਤੇ ਨਰਮ ਬੜਾ, ਅਨੰਦਪੁਰ ਆਉਂਦੇ ਆਉਂਦੇ ਕਿਉਂ ਕਾਨੂੰਨ ਕਠੋਰ ਨਿਕਲ ਜਾਂਦੇ ਨੇ। ਇਸ ਦੌਰ 'ਚ ਕਹੀ ਗਈ ਗੱਲ ਦੇ ਅਰਥ ਕੁਝ ਹੋਰ ਨਿਕਲ ਜਾਂਦੇ ਨੇ। ਇਹ ਪੰਜਾਬ ਦੇ, ਪੰਜਾਬ ਦੀ ਤਰਾਸਦੀ ਹੈ, ਪੰਜਾਬ ਦੇ ਨਾਲ ਵਾਪਰ ਰਿਹਾ, ਮੈਨੂੰ ਲੱਗਦਾ ਜੀ ਵਾਪਰਦਾ ਵੀ ਰਹਿਣਾ, ਪਤਾ ਨਹੀਂ ਇਹ ਕਦੋਂ ਪੰਜਾਬ ਦਾ ਇਹਨਾਂ ਚੀਜ਼ਾਂ ਤੋਂ ਖਿਹੜਾ ਛੁੱਟਣਾ। ਹਾਂ, ਹੁਣ ਸਾਡੇ, ਸਾਨੂੰ, ਸਾਡੇ ਲੋਕਾਂ ਨੂੰ ਆਦਤ ਵੀ ਪੈ ਗਈ, ਸਾਡੇ ਆਪ ਦੀ ਖੁਰਕ ਜੀ ਹੋਣ ਲੱਗ ਜਾਂਦੀ ਆ,
6 ਮਹੀਨਿਆਂ ਬਾਅਦ ਵਿੱਚ ਮਤਲਬ ਯਾਰ ਐਂ ਨਹੀਂ ਚੱਲੋ ਵੀ ਲੜਨਾ ਹੀ ਆਪਾਂ। ਇਹ ਅਸਲ ਦੇ ਵਿੱਚ ਨਾ ਮਾਰਸ਼ਲ ਕੌਮਾਂ ਨੇ ਦੁਨੀਆਂ 'ਤੇ ਥੋੜ੍ਹੀਆਂ ਹੀ ਨੇ ਜਿਹੜੀਆਂ ਲੜਨ ਵਾਸਤੇ ਹੀ ਬਣੀਆਂ ਨੇਗੀਆਂ। ਮੈਨੂੰ ਕਹੀ ਜਾਂਦੇ ਮਤਲਬ ਅਸੀਂ ਨਾ ਡਿਬੇਟ ਕਈ ਵਾਰੀ ਕਰੇ ਇਹ ਡਿਸਿਪਲਿਨ 'ਚ ਨਹੀਂ ਰਹਿੰਦੇ, ਮੈਂ ਇਹ ਡਿਸਿਪਲਿਨ 'ਚ ਰਹਿ ਨਹੀਂ ਸਕਦੇ ਇਹ ਯਾਰ, ਮੈਂ ਇਹ ਲੜਨ ਵਾਲੇ ਲੋਕ ਨੇ ਡਿਸਿਪਲਿਨ 'ਚ ਕਿਵੇਂ ਰਹਿ ਲੈਣਗੇ, ਫਿਰ ਰਹਿ ਨਹੀਂ ਸਕਦੇ। ਇਹਨਾਂ ਨੂੰ ਉਹਨਾਂ ਨੂੰ ਮਾਰਨ ਦਾ ਬੜਾ ਸ਼ੌਂਕ ਹੈ ਅਤੇ ਇਹਨਾਂ ਨੂੰ ਮਾਰਨ ਦਾ। ਇੱਕ ਨਾ ਇੱਕ ਗੁਰਦਿਆਲ ਸਿੰਘ ਨੇ ਇੱਕ ਮਤਲਬ ਮੜੀ ਦਾ ਦੀਵਾ ਪਤਾ ਨਹੀਂ ਪਹੁ ਪਟਾਲੇ ਤੋਂ ਪਹਿਲਾਂ ਇੱਕ ਉਹਦੇ ਵਿੱਚ ਇੱਕ ਸ਼ੇਅਰ ਬੋਲਿਆ ਕਿ ਨਿਕਲ ਗਿਆ ਦਿਮਾਗ 'ਚੋਂ ਨਿਕਲ ਗਿਆ, ਯਾਦ ਹੈ ਤਾਂ ਵਿੱਚ ਦੀ ਸੁਣਾਊਂਗਾ ਤੁਹਾਨੂੰ। ਨਹੀਂ ਮੈਨੂੰ ਤੁਸੀਂ ਫਿਰ ਸ਼ੇਅਰ ਤਾਂ ਜੋ ਸੁਣਾਓ, ਮੇਰਾ ਫੇਵਰੇਟ ਕੁੱਤੇ ਸਾਰੀ ਰਾਤ ਪੈਣ 'ਤੇ। ਅੱਛਾ ਹਾਂ, ਉਹ ਸੀ ਕਿ ਕੁੱਤੇ ਸਾਰੀ ਰਾਤ ਰੋਂਦੇ ਰਹੇ, ਭੌਂਕਦੇ ਨਹੀਂ, ਭੌਂਕਦੇ ਤਾਂ ਬੰਦੇ ਸੀ ਇਹ। ਹਾਂ ਉਹੀ ਹੈ ਕਿ ਕੁੱਤੇ ਸਾਰੀ ਰਾਤ ਰੋਂਦੇ ਰਹੇ, ਬੰਦੇ ਕੁੜੀ ਖਾ ਰਹੇ ਸੀ। ਇਹ ਨਾ ਇੱਕ ਯੂਪੀ ਦੇ ਵਿੱਚ ਘਟਨਾ ਹੋਈ ਸੀਗੀ ਕਿ ਇੱਕ ਨਾ ਕੁੜੀ ਦਾ ਰੇਪ ਹੋ ਰਿਹਾ ਸੀਗਾ ਅਤੇ ਨਾਲ ਹੀ ਗਵਾਂਢ ਸੀਗਾ ਅਤੇ ਲੋਕਾਂ ਨੂੰ ਤਾਂ ਪਤਾ ਨਹੀਂ ਲੱਗਿਆ। ਉੱਥੇ ਕੁੱਤੇ ਇਕੱਠੇ ਹੋ ਗਏ ਅਤੇ ਕੁੱਤੇ ਰੋਣ ਲੱਗ ਗਏ ਉੱਚੀ ਉੱਚੀ ਵੀ ਕੁੜੀ ਦਾ ਰੇਪ ਹੋ ਰਿਹਾ ਸੀਗਾ, ਭੌਂਕ ਲਾ ਭੌਂਕ ਰਹੇ ਲਾ ਲਓ ਰੋ ਰਹੇ ਸੀਗੇ। ਉਹਨਾਂ ਨੇ ਉਹ ਇੰਨਾ ਰੋਏ ਵੀ ਉੱਥੇ ਪਤਾ ਲੱਗ ਗਿਆ ਕਲੋਨੀ ਦੇ ਵਿੱਚ ਵੀ ਕੋਈ ਗੱਲ ਹੱਲ ਚੱਲ ਆ। ਜਦੋਂ ਕੋਈ ਭੱਜ ਕੇ ਆਇਆ ਉੱਥੇ ਦੇਖਿਆ ਤਾਂ ਉਹ ਕੁੜੀ ਮਰੀ ਪਈ ਸੀ, ਉਹਦਾ ਰੇਪ ਪਿਆ ਸੀਗਾ। ਉਹਦੇ ਲਿਆਏ ਕੁੱਤੇ ਸਾਰੀ ਰਾਤ ਰੋਂਦੇ ਰਹੇ, ਬੰਦੇ ਕੁੜੀ ਖਾ ਰਹੇ ਸਨ। ਕਿਤਾਬਾਂ ਬਈ ਦੋ ਕਿਤਾਬਾਂ ਦੇ ਉੱਪਰ ਕੰਮ ਚੱਲ ਰਿਹਾ ਹੈਗਾ, ਲਗਭਗ ਕੰਪਲੀਟ ਹੋ ਗਿਆ। ਇੱਕ ਤਾਂ ਹੈਗੀ ਆ ਦਾ ਰੀਅਲ ਰੀਜ਼ਨ ਬਾਏ ਦਾ ਲੈਜੈਂਡ ਡਾਈਡ, ਸਿੱਧੂ ਮੂਸੇਵਾਲਾ। ਉਹ ਮੇਰਾ ਭਰਾ ਸੀਗਾ, ਅਸੀਂ 5 ਸਾਲ ਇਕੱਠੇ ਰਹੇ ਹਾਂ, ਦੇਖਿਆ ਉਹਦਾ ਚੜ੍ਹਦਾ ਦੌਰ, ਚੜ੍ਹਦਾ ਸੂਰਜ ਅਤੇ ਲਹਿੰਦਾ ਸੂਰਜ ਦੇਖਿਆ ਮੈਂ। ਉਹਦੇ ਉਸ ਸਮੇਂ ਦੇ ਵਿੱਚ ਜੋ ਵਾਪਰਿਆ ਇਹ ਪਤਾ ਨਹੀਂ, ਮੈਂ ਪਰਮਾਤਮਾ ਨੇ ਪਤਾ ਨਹੀਂ ਮੇਰੀ ਡਿਊਟੀ ਲਾਈ ਹੈ, ਪਤਾ ਨਹੀਂ ਕੀ ਗੱਲ ਸੀ ਕਿ ਲੇਖਕ ਮਨ ਹੋਣ ਕਰਕੇ, ਖਾਸ ਕਰਕੇ ਵੀ ਗਲਪ 'ਚ ਮੇਰਾ ਵੱਧ ਧਿਆਨ ਆ ਨਾਵਲ 'ਚ, ਹੈ ਨਾ, ਵੀ ਮੈਂ ਆਸੇ ਪਾਸੇ ਸਾਰੀਆਂ ਚੀਜ਼ਾਂ ਦੇ ਮੇਰੇ ਸਾਹਮਣੇ, ਜਦੋਂ ਬਾਈ ਦੀ ਡੈਥ ਹੋਈ ਨਾ ਮੇਰੀ ਫਿਲਮ ਬਣ ਗਈ, ਉਹਦੀ ਜੀਵ ਜ਼ਿੰਦਗੀ ਦੀ ਵੀ ਐਂ ਚੱਲੀ ਹੈ, ਹੈ ਨਾ। ਮੈਂ ਸੋਚ ਉੱਦਾਂ ਨਹੀਂ ਲਿਆ ਸੀ ਕਿ ਜੀਵਨੀ ਲਿਖ ਉਹਦੀ ਜੀਵਨੀ ਲਿਖਣੀ ਆ ਅਤੇ ਕਾਹਲੀ ਕੋਈ ਨਹੀਂ ਕਰਨੀ, ਕਿਉਂਕਿ ਵੀ ਇੱਕੋ ਥਾਲ 'ਚ ਰੋਟੀ ਖਾਧੀ ਹੈ। ਕਿ ਬਾਈ ਦੀ ਡੈਥ ਤੋਂ ਬਾਅਦ ਹਾਂਜੀ ਬੜੀਆਂ ਕਿਤਾਬਾਂ ਆ ਗਈਆਂ, 13 ਕਿਤਾਬਾਂ ਆ ਗਈਆਂ ਬਾਈ, 13 ਕਿਤਾਬਾਂ ਆ ਗਈਆਂ। ਹਾਂ ਅਤੇ ਤੁਹਾਡੀ ਕਿਤਾਬ ਕਿਵੇਂ ਵੱਖ ਹੋ ਗਈ ਅਤੇ ਉਹਨਾਂ 'ਤੇ ਕੀ ਵਿਚਾਰ ਆ ਜਿਹੜੀਆਂ ਇੱਕਦਮ ਉਸ ਗਰਮ ਮੁੱਦੇ 'ਤੇ ਆਪਣਾ ਬਿਜ਼ਨਸ ਬਣਾਉਣ ਵਾਸਤੇ ਆ ਗਈ? ਹੁਣ ਅਸਲ 'ਚ ਇਹ ਸਾਨੂੰ ਨਾ, ਮੈਂ ਇੱਕ ਗੱਲ ਪਿਛਲੇ ਸਮੇਂ ਦੇ ਵਿੱਚ ਦੇਖੀ ਕਿ ਵੀ ਸਾਨੂੰ ਆਦਤ ਪੈ ਗਈ ਮੌਤ ਨੂੰ ਸੈਲੀਬ੍ਰੇਟ ਕਰਨ ਦੀ। ਇਹ ਸਭ ਤੋਂ ਮਾੜਾ ਜਿਹੜਾ ਵਰਤਾਰਾ ਪਿਛਲੇ ਟਾਈਮ ਦੇ ਵਿੱਚ ਵਾਪਰਿਆ ਕਿ ਇੱਥੇ ਲੋਕ ਮੌਤ ਨੂੰ ਸੈਲੀਬ੍ਰੇਟ ਕਰਨ ਲੱਗ ਗਏ। ਪਹਿਲਾਂ ਮੈਂ ਦੇਖਿਆ ਕਿ ਦੀਪ ਸਿੱਧੂ ਦੀ ਜਦੋਂ ਮੌਤ ਹੋਈ ਹੈ ਨਾ, ਕਿਸੇ ਦਾ ਉਹਦੇ ਨਾਲ ਵਿਚਾਰ ਸਹਿਮਤ ਹੈ ਨਹੀਂ ਸਹਿਮਤ ਉਹ ਇੱਕ ਅਲੱਗ ਥੌਟ ਹੈ, ਪਰ ਐਜ਼ ਅ ਹਿਊਮਨ ਜਦੋਂ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਆ, ਸਾਨੂੰ ਸਭ ਨੂੰ ਮਤਲਬ ਕਿ ਇਹ ਗੱਲ ਨੇ ਝੰਜੋੜਿਆ ਕਿ ਐਡਾ ਨੌਜਵਾਨ ਚੜ੍ਹਦੀ ਕਲਾ ਵਾਲਾ ਮੁੰਡਾ ਤੁਰ ਗਿਆ, ਹੈ ਨਾ, ਜਿਹਦੇ ਵਿੱਚ ਸੰਭਾਵਨਾਵਾਂ ਇਹ ਸੀਗੀਆਂ ਕਿ ਉਹ ਪੰਜਾਬ ਬਾਰੇ ਸੋਚਦਾ, ਉਹਦੀ ਡੈਥ ਨੂੰ ਇੰਨਾ ਸੈਲੀਬ੍ਰੇਟ ਕੀਤਾ। ਪਰ ਮੈਂ ਇਹ ਤੋਂ ਬਾਅਦ ਦੇਖਿਆ ਕਿ ਸਿੱਧੂ ਦੀ ਮੌਤ ਹੋਈ, ਉਹਨੂੰ ਬਹੁਤ ਸੈਲੀਬ੍ਰੇਟ ਕੀਤਾ ਲੋਕਾਂ ਨੇ। ਸੈਲੀਬ੍ਰੇਟ ਦਾ ਮਤਲਬ ਇਹ ਹੈ ਵੀ ਲੋਕ ਆ ਰਹੇ ਨੇ, ਸੈਲਫੀਆਂ ਖਿਚਾ ਰਹੇ ਨੇ, ਮਾਤਾ ਦੇ ਨਾਲ ਖਿਚਾ ਰਹੇ ਨੇ, ਜਾ ਕੇ ਰੀਲਾਂ ਬਣਾ ਕੇ ਪਾ ਰਹੇ ਨੇ, ਹੈ ਨਾ। ਤੁਸੀਂ ਯਾਰ ਇਹ ਦੁੱਖ ਪ੍ਰਗਟਾਉਣ ਦਾ ਤਰੀਕਾ ਕੀ? ਐਵੇਂ ਦੁੱਖ ਹੁੰਦਾ? ਮੈਂ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਜਿਨ੍ਹਾਂ ਦੇ ਨਾਂ ਬਹੁਤ ਵੱਡੇ ਨੇ ਗੇ, ਉਹਨਾਂ ਨੇ ਇੱਕ ਫੋਟੋ ਤੱਕ ਨਹੀਂ ਪਾਈ। ਘੁੱਗੀ ਭਾਅ ਜੀ, ਗੁਰਪ੍ਰੀਤ ਘੁੱਗੀ ਭਾਅ ਜੀ ਨਾਲ ਮੇਰਾ ਬਹੁਤ ਪਿਆਰ ਆ, ਉਹ ਆਏ, ਹੈ ਨਾ, ਵੀ ਉਹਨਾਂ ਨੇ ਇੱਕ ਵੀ ਫੋਨ ਤੱਕ ਨਹੀਂ ਕੱਢਿਆ ਹੈਗਾ। ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਦਾ ਬੇਟਾ ਮੇਰਾ ਦੋਸਤ ਹੈ, ਖਾਸ ਫਰੈਂਡ ਹੈ ਮੇਰਾ, ਹੈ ਨਾ,
ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ 'ਚ ਵੱਗ ਗਿਆ ਉਹ ਤਰਕ ਜਦੋਂ ਮਤਲਬ ਕਿ ਉਹ ਕਹਿੰਦਾ ਮੈਂ ਉੱਥੇ ਨਾ ਸਾਹਣਾ ਸਾਹਿਬ ਗੁਰਦੁਆਰਾ ਮੋਹਾਲੀ ਉੱਥੇ ਨੰਗੇ ਪੈਰੀ ਜਾਂਦਾ ਵੀ ਮੈਂ ਇੱਕ ਵਾਰੀ ਸਿੱਧੂ ਨੂੰ ਟੱਚ ਕਰ ਲਵਾਂ। ਚਲੋ ਮੈਨੂੰ ਨਾ ਪਹਿਲਾਂ ਪਸੰਦ ਨਹੀਂ ਸੀਗਾ ਸਿੱਧੂ, ਵੀ ਯਾਰ ਹੋਸ਼ ਆਇਆ ਬੰਦਾ ਕਿਵੇਂ। ਅਗਰ ਜਦੋਂ ਡੈਥ ਹੋ ਗਈ ਨਾ ਮੈਂ ਉਹਦੇ ਬਾਰੇ ਸਰਚ ਕੀਤੀ ਵੀ ਕਿਵੇਂ ਦਾ ਸੀਗਾ, ਕਹਿੰਦਾ ਮੈਂ ਡਿਪਰੈਸ਼ਨ 'ਚ ਵੱਗ ਗਿਆ। ਬਾਕੀ ਉਹਨੇ ਟੈਟੂ ਬਣਾਇਆ ਫਿਰ ਹੈ ਨਾ, ਵੀ ਉਹਨਾਂ ਨੇ ਕਿਤੇ ਫੋਟੋ ਤੱਕ ਨਹੀਂ ਪਾਈ ਹੈਗੀ। ਉਹ ਯਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਮੌਤ 'ਤੇ ਅਫਸੋਸ ਕਿਵੇਂ ਕਰਨਾ। ਜਿਹੜੀ ਕਿਤਾਬਾਂ ਦੀ ਗੱਲ ਰਹੀ, ਇਹ ਬਿਜ਼ਨਸ ਹੈ, ਤੁਸੀਂ ਕਿਸੇ ਬੰਦੇ ਨੂੰ ਜਾਣਦੇ ਨਹੀਂ ਮਤਲਬ ਅਜੇ ਕਹਿ ਲਓ 2-3 ਮਹੀਨੇ ਸੀਗੇ। ਹਾਂ ਕਿਤਾਬਾਂ ਪਈਆਂ ਸੀਗੀਆਂ ਸਿਰਫ, ਹਾਂ ਵਿਕੀਆਂ ਨੇ ਬਾਈ। ਹੁਣ ਕਿਤਾਬਾਂ ਤੁਸੀਂ ਦੇਖ ਲਓ ਵੀ ਕਹਿੰਦੇ ਵੀ ਮੈਂ ਦੇਖਿਆ ਏਅਰਪੋਰਟਾਂ 'ਤੇ ਵੀ ਕਿਤਾਬਾਂ ਪਈਆਂ ਨੇਗੀਆਂ। ਹੁਣ ਉਹ ਕਿਤਾਬ ਆਈ ਹੂ ਕਿਲਡ ਮੂਸੇਵਾਲਾ, ਹੁਣ ਉਹਨੂੰ ਪਤਾ ਹੀ ਨਹੀਂ ਬਾਈ ਵੀ ਐਕਚੁਅਲ ਦੇ ਵਿੱਚ ਵਾਪਰਿਆ ਕੀ ਹੈ। ਤੁਸੀਂ ਮੀਡੀਆ ਰਿਪੋਰਟਾਂ ਚੱਕ ਚੱਕ ਕੇ ਲਿਖ ਰਹੇ ਹੋਗੇ, ਚੀਜ਼ਾਂ ਲਿਖ ਰਹੇ ਹੋ, ਆਰਟੀਕਲ ਲਿਖ ਰਹੇ ਹੋ ਕਿ ਇੱਕ ਕਈਆਂ ਨੇ ਤਾਂ ਇਹ ਵੀ ਕੀਤਾ ਕਿ ਉਹ ਪਹਿਲਾਂ ਉਹਦੇ ਖਿਲਾਫ਼ ਲਿਖਦੇ ਰਹੇ ਆਪਦੇ ਰਸਾਲਿਆਂ ਦੇ ਵਿੱਚ, ਬਾਅਦ ਦੇ ਵਿੱਚ ਉਹਨਾਂ ਨੇ ਉਹਦੇ ਉੱਤੇ ਉਹਦੀ ਤਾਰੀਫ਼ ਦੇ ਪੁੱਲ ਬਣਤੇ। ਫਿਰ ਤੁਸੀਂ ਉਹਨੂੰ ਪਾਸ਼ ਨਾਲ ਕੰਪੇਅਰ ਕਰ ਰਹੇ ਹੋ ਕਿਤਾਬਾਂ ਦੇ ਵਿੱਚ, ਜਦੋਂ ਕਿ ਦੋਨੇ ਅਲੱਗ ਅਲੱਗ ਆਈਡੀਓਲੋਜੀ ਦੇ ਬੰਦੇ ਨੇਗੇ। ਉਹ ਪੰਥਕ ਧਿਰ ਦਾ ਬੰਦਾ ਸਿੱਧੂ ਆ ਜਿਹੜਾ, ਪੜ੍ਹਦੇ ਕਿਤਾਬਾਂ ਵਾਲੀਆਂ ਕਿ ਨਹੀਂ? ਬਾਹਲੀਆਂ ਕਿਤਾਬਾਂ ਨਹੀਂ ਪੜ੍ਹਦਾ ਜਾਂ ਐਵੇਂ ਇਹ ਗੱਲ ਨੂੰ ਆਪਾਂ ਕਹਿ ਨਹੀਂ ਸਕਦੇ, ਪਰ ਹਾਂ ਵੀ ਜਵਾਨੀ ਵੇਲੇ ਉਹਨੇ ਸ਼ਿਵ ਨੂੰ ਪੜ੍ਹਿਆ, ਆਪਦੇ ਕਾਲਜ ਟਾਈਮ ਦੇ ਵਿੱਚ ਪਾਸ਼ ਨੂੰ ਪੜ੍ਹਿਆ। ਉਹ ਚਾਹੁੰਦਾ ਸੀਗਾ ਮੈਂ ਮਤਲਬ ਕਿ ਵੀ ਮੈਨੂੰ ਮੈਂ ਉਹਨੂੰ ਪੜ੍ਹ ਕੇ ਸੁਣਾਉਂਦਾ ਰਿਹਾ। ਮੈਂ ਇੱਕ ਦਿਨ ਬਾਲੀ ਮੈਂ ਗੱਲ ਦੱਸਾਂਗਾ, ਇੱਕ ਅਸੀਂ ਬਾਲੀਵਾਲ ਖੇਡੀਆਂ ਦੇ, ਉਹ ਕਹਿੰਦਾ ਕੋਈ ਨਾ ਪਾਸ਼ ਦੀਆਂ ਕਿਤਾਬਾਂ ਦੇ ਕੇ ਗਿਆ, ਤੂੰ ਆਇਆ ਘਰੇ ਯਾਰ ਆਪਾਂ ਪੜ੍ਹਾਂਗੇ। ਮੈਂ ਵੀ ਹਾਂ ਮੈਂ ਆ ਗਿਆ ਵਿਚਾਲੇ ਬਾਲੀਵਾਲ ਦਾ ਟੂਰਨਾਮੈਂਟ ਛੱਡ ਕੇ। ਮੈਂ ਉਹਨੂੰ ਜਿਹੜੀ ਕਲਾਮ ਮਿਰਜ਼ਾ ਪਾਸ਼ ਦੀ ਕਵਿਤਾ ਸਾਡੇ ਕੋਲ ਤੀਰ ਨੇ ਹੁਣ ਕਾਗਜ਼ ਦੇ, ਜੋ 5 ਸਾਲਾਂ 'ਚ ਇੱਕੋ ਵਾਰ ਚੱਲਦਾ ਹੈ, ਜਿਸ ਦੇ ਵੱਜਦਾ ਹੈ ਪਾਣੀ ਨਹੀਂ ਬਿਰਾ ਲਹੂ ਮੰਗਦਾ ਹੈ, ਹੈ ਨਾ। ਫਿਰ ਪਾਸ਼ ਯਾਰ ਕਿੰਨਾ ਬੋਲਡ ਬੰਦਾ ਹੈ ਨਾ, ਚੱਲਦਾ ਫਿਰ ਪਾਸ਼ ਦੇ ਵਿਚਾਰਾਂ ਵਾਂਗੂ ਨਹੀਂ। ਫਿਰ ਉਹਨੇ ਲਿਖਿਆ ਵੀ ਹੈ ਨਾ, ਤੁਹਾਡੇ ਆਈਡੀਓਲੋਜੀਕਲੀ ਮਤਭੇਦ ਹੋ ਸਕਦੇ ਆ, ਪਰ ਤੁਸੀਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ, ਹੈ ਨਾ। ਮੈਂ ਮਤਲਬ ਕਿ ਇਹ ਹੋ ਸਕਦਾ ਕਿ ਤੁਸੀਂ ਪੰਥਕ ਨਾ ਹੋ, ਮੈਂ ਪੰਥਕ ਹੋਵਾਂ, ਪਰ ਆਪਾਂ ਇਹ ਨਹੀਂ ਕਹਿ ਸਕਦੇ। ਉਹਦੀ ਸਮਝ ਵੱਡੀ ਸੀਗੀ ਬਾਈ, ਉਹਨੇ ਮਤਲਬ ਕਿ ਪਾਸ਼ ਨੂੰ ਰਿਗਾਰਡ ਦਿੱਤਾ ਐਜ਼ ਅ ਰਾਈਟਰ, ਬਹੁਤ ਵੱਡਾ ਕਹਿੰਦਾ ਮਤਲਬ ਕਿ ਪਾਸ਼ ਬੰਦਾ ਹੈਗਾ। ਸਿੱਧੂ ਬਾਈ ਮੈਨੂੰ ਇਹ ਲੱਗਦਾ ਸੀ ਸਿੱਧੂ ਨੇ ਹਲੇ ਮੈਚੋਰ ਹੋਣਾ ਸੀਗਾ, ਹਲੇ ਤਾਂ SYL ਵਰਗੇ ਪੰਜਾਬ ਦੇ ਜਿੱਡੀ ਕਲਮ ਉਹਦੀ ਬੋਲਡ ਸੀਗੀ ਕਿਸੇ ਦੀ ਬੋਲਡ ਨਹੀਂ ਸੀ। ਮੈਂ ਨਾ ਹੁਣ ਅਸੀਂ ਕਿਸਾਨ ਅੰਦੋਲਨ ਵੇਲੇ ਕਿਹਾ ਬਈ ਗਾਣਾ ਕਰਨਾ ਹੀ ਕਰਨਾ, ਉਹ ਅਸੀਂ ਨਾ ਉਦੋਂ ਮੂਸਾ ਜੱਟ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਸੀ, ਕਰਾਂਗੇ ਜਾਨ। ਫਿਰ ਉਹਨੇ ਜਦੋਂ ਬਈ ਉਹ ਕੀਤਾ ਨਾ ਪੰਜਾਬ, ਫਿਰ ਜਿਹੜੀ ਉਹ ਗੱਲ ਕਹੀ ਨਾ, ਸਾਨੂੰ ਵੀ ਲੱਗਦੇ ਬਾਰਡਰ ਦੇ ਲਈ ਨਹੀਂ। ਮੈਂ ਯਾਰ ਵੀ ਸਟੇਟ ਇਹੋ ਜਿਹੇ ਬੰਦੇ ਨੂੰ ਕਿਵੇਂ ਚੱਲ ਲੂਗੀ, ਕਿਵੇਂ ਚੱਲ ਵੀ ਜਿਹੜਾ ਬੰਦਾ ਕਹੀ ਸਾਨੂੰ ਵੀ ਲੱਗਦੇ ਬਾਰਡਰ ਦੇ ਲਈ ਨਹੀਂ, ਹੈ ਵੀ ਕਿੱਥੇ ਅੱਜ ਤੱਕ ਕਿਸੇ ਬੰਦੇ ਨੇ ਐਡੀ ਗੱਲ ਕਹੀ ਹੋਈ ਨਹੀਂ। ਵੋਟਾਂ ਤੋਂ ਬਾਅਦ, ਹਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਲਿਖਤ ਪੰਜਾਬ ਦੇ ਉੱਤੇ ਫੋਕਸ ਚਾਹੀ ਸੀ। ਹਾਂ ਸਕੇਪ ਗੋਟ ਦੇ ਵਿੱਚ ਜੋ ਲਿਖਿਆ ਜੋ SYL ਲੁਧਿਆਣਾ ਸੀਗਾ, ਹਾਂ ਉਹ ਮੈਚੋਰ ਹੋਣ ਲੱਗ ਗਿਆ। ਉਮਰ ਮਤਲਬ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਆ ਉਵੇਂ ਉਵੇਂ ਬੰਦਾ ਮੈਚੋਰ ਹੁੰਦਾ ਜਿਹੜੀਆਂ ਛੋਟੀਆਂ ਗੱਲਾਂ ਤੋਂ। ਹਾਂ ਇੱਕ ਇਹਦੇ ਵਿੱਚ ਗੱਲ ਆ ਗਈ ਵੀ ਸਾਡੇ ਰਾਈਟਰ ਨਹੀਂ ਮੈਚੋਰ ਹੁੰਦੇ, ਉਹ ਤਾਂ ਹੋਣ ਲੱਗ ਗਿਆ ਜੀ। ਸਾਡੇ ਜਿਹੜੇ ਰਾਈਟਰ ਨੇ ਉਹ ਅੱਜ ਵੀ ਮਤਲਬ ਕਿ ਵੀ ਠੀਕ ਹੈ, ਤੁਸੀਂ ਮੁਹੱਬਤ 'ਤੇ ਰੋਮਾਂਸ 'ਤੇ ਕਵਿਤਾ ਲਿਖੋ, ਵਧੀਆ ਗੱਲ ਹੈ, ਪਰ ਵੀ ਹਾਲਾਤਾਂ ਦੇ ਹਿਸਾਬ ਨਾਲ ਵੀ ਚੱਲੋ ਨਾ, ਵੀ ਕਦੇ ਪੰਜਾਬ ਪੱਖੀ ਗੱਲ ਵੀ ਕਰ ਦਿਓ। ਐਂ ਲੱਗਦਾ ਜਿਵੇਂ ਸਟੇਟ ਦੇ ਨਾਲ ਰਲ ਕੇ ਸਰਕਾਰਾਂ ਦੇ ਨਾਲ ਰਲ ਕੇ ਚੱਲਦੇ ਹੁੰਦੇ ਨੇ। ਸੱਚ ਲਿਖੋਗੇ ਬਾਈ? ਬਿਲਕੁਲ ਬਾਈ, ਸੱਚ ਲਿਖਣ ਵਾਲੇ ਤਾਂ ਮਗਰ ਪੈਂਦੇ ਨੇ ਲਿਖਣ। ਅਸੀਂ ਤਾਂ ਇਹੋ ਜਿਹੇ ਬੰਦੇ ਦੇ ਨਾਲ ਰਹੇ ਹਾਂ ਜਿਹੜਾ ਸਿੱਧਾ ਮੱਥੇ 'ਚ ਮਾਰਦਾ ਦਿੱਲੀ ਦੀ ਗੱਲ। ਹੈਂ ਮੈਂ ਇੱਕ ਲਿਖਿਆ ਸੀਗਾ ਕਿ ਸਾਡੇ ਮਰ ਕੇ ਵੀ ਨਾ ਮੱਚਦੇ ਹੱਡ ਨੇ ਚੀੜੇ,
ਅਸੀਂ ਉਹ ਜਿੰਨਾ ਕਦੇ ਨਾ ਪਾਏ ਚੱਜ ਦੇ ਲੀੜੇ ਸਾਡੇ ਹੱਥਾਂ ਦੇ ਵਿੱਚ ਕਦੇ ਕਿਸਮਤ ਦੀ ਲਕੀਰ ਨਹੀਂ ਹੁੰਦੀ। ਕਮਾ ਕਮਾ ਥੱਕ ਜਾਂਦੇ ਹਾਂ ਪਰ ਕਦੇ ਕੋਈ ਪੁਸ਼ਤ ਅਮੀਰ ਨਹੀਂ ਹੁੰਦੀ। ਮਿੱਟੀ ਥੱਪ ਢੱਕ ਲੈਂਦੇ ਹਾਂ ਜ਼ਖਮਾਂ ਨੂੰ ਉੱਪਰ ਬੰਨੀ ਕੋਈ ਲੀਰ ਨਹੀਂ ਹੁੰਦੀ। ਹਰ 5 ਸਾਲਾਂ ਬਾਅਦ ਛੂਹ ਜਾਂਦੇ ਸਾਡੀਆਂ ਸਾਧਨਾਂ ਨੂੰ ਚਿੱਟੇ ਕੱਪੜਿਆਂ ਵਾਲੇ ਕੀੜੇ ਸਾਡੇ ਮਰ ਕੇ ਵੀ ਨਾ ਮੱਚਦੇ ਹੱਡ ਨਹੀਂ ਚੀੜੇ। ਹੁਣ ਲੋਕਾਂ ਦੀ ਗੱਲ ਲਿਖਣੀ ਜੇ ਤੁਸੀਂ ਕਿਵੇਂ ਇਹ ਜਾਣਦੇ ਵੀ ਹੋ ਨਾ ਜਿਹੜੇ ਬਾਕੀ ਕਿਤਾਬਾਂ ਵਾਲੇ ਉਹ ਜਾਣਦੇ ਨਹੀਂ ਗੇ ਪਰਸਨਲੀ। ਹਾਂ ਬਿਲਕੁਲ ਤੁਸੀਂ ਤੇ ਜਾਣਦੇ ਵੀ ਹੋ ਤੇ ਸੋਰਸਿਸ ਕੀ ਕੀ ਹੋਣਗੇ ਕਿਤਾਬਾਂ ਦੇ? ਮੰਨ ਕੇ ਚਲੋ ਇਹ ਤੁਸੀਂ ਕਿਤਾਬ ਦੇ ਵਿੱਚ ਉਹੀ ਗੱਲਾਂ ਲਿਖੋਗੇ ਜੋ ਤੁਸੀਂ ਖੁਦ ਵੇਖੀਆਂ ਖੁਦ ਸੁਣੀਆਂ ਜਾਂ ਸਿੱਧੂ ਬਾਈ ਦੇ ਮੰਮੀ ਡੈਡੀ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਬੰਦਿਆਂ ਨਾਲ ਗੱਲ ਕਰ ਰਹੇ ਹੋ, ਕੀ ਕੀ ਸੋਰਸਿਸ ਹੋਣਗੇ ਕਿਤਾਬ ਦੇ? ਜਿੰਨਾ ਕੁ ਤਾਂ ਦੇਖੋ ਵੀ ਉਹਦਾ ਔਰਾ ਬਹੁਤ ਵੱਡਾ ਸੀਗਾ ਹੈ ਨਾ, ਉਹਦੇ ਆਸੇ ਪਾਸੇ ਬੰਦੇ ਵੇਚਣ ਵਾਲੇ ਬਹੁਤ ਵੱਡੇ ਸੀਗੇ। ਪਰ ਮੈਂ ਸ਼ੁਰੂ ਤੋਂ ਲੈ ਕੇ ਚੱਲਿਆ ਵੀ ਦੇਖੋ ਵੀ ਉਹਦੇ ਜਨਮ ਦੇ ਟਾਈਮ ਤੋਂ ਲੈ ਕੇ ਮੈਂ ਮਤਲਬ ਮੇਰਾ ਮਾਤਾ ਨਾਲ ਬਹੁਤ ਪਿਆਰ ਹੈ ਨਾ, ਮੈਂ ਉਹ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਵੀ ਕਿੰਨੇ ਵੱਜ ਕੇ ਕਿੰਨੇ ਮਿੰਟਾਂ 'ਤੇ ਸਿੱਧੂ ਦਾ ਜਨਮ ਹੋਇਆ ਸੀਗਾ, ਕਿਹੜਾ ਦਿਨ ਸੀਗਾ, ਉਹ ਤੋਂ ਸ਼ੁਰੂ ਕੀਤਾ। ਫਿਰ ਉਹ ਪਿੰਡ ਦੇ ਬਜ਼ੁਰਗਾਂ ਤੋਂ ਹੈ ਨਾ ਵੀ ਕਿਵੇਂ ਰਿਹਾ, ਫਿਰ ਉਹਦੇ ਜਿਹੜੇ ਨਰਸਰੀ ਦੇ ਕਲਾਸਮੇਟ ਸੀਗੇ ਉਹ ਵੀ ਮੇਰੇ ਟੱਚ 'ਚ ਨੇ ਬੰਦੇ, ਉਹਨਾਂ ਨੇ ਦੱਸਿਆ ਵੀ ਕਿਹੜੀ ਬੱਸ 'ਤੇ ਜਾਂਦੇ ਸੀਗੇ, ਕਿੰਨੇ ਵਜੇ ਬੱਸ ਆਉਂਦੀ ਸੀਗੀ, ਕਿਵੇਂ ਅਸੀਂ ਕਈ ਵਾਰੀ ਉੱਪਰ ਚੜ੍ਹ ਜਾਂਦੇ, ਉੱਪਰ ਚੜ੍ਹ ਕੇ ਹਾਂ ਬਚਪਨ ਤੋਂ ਸ਼ੁਰੂ ਹੈ ਮੈਂ ਲਾਉਂਦੇ ਸੀਗੇ, ਹੇਕਾਂ ਲਾਉਂਦੇ ਸੀਗੇ, ਕਿਹੜੇ ਟੀਚਰ ਸੀ, ਕਿਹੜਾ ਸਕੂਲ ਸੀਗਾ, ਕਿੰਨੇ ਪਰਸੈਂਟ ਨੰਬਰ ਸੀ। ਮੈਂ ਕੋਈ ਵੀ ਪੱਖ ਉਹਦਾ ਛੱਡਣਾ ਨਹੀਂ ਚਾਹੁੰਦਾ, ਕਿਹੜੇ ਦੋਸਤ ਉਹਦੇ ਕਾਲਜ ਸੀ, ਕਿੰਨੇ ਨੰਬਰ ਰੂਮ ਸੀ, ਬੁਲਟ ਕਿਹੜਾ ਸੀਗਾ, ਕਦੋਂ ਲਿਆ ਸੀਗਾ, ਏ ਟੂ ਜੈਡ ਚੀਜ਼ਾਂ ਉਹਦੀਆਂ ਮੈਂ ਲੈ ਕੇ ਚੱਲਿਆ। ਫਿਰ ਜਿਹੜੇ ਉਹਦੇ ਕੈਨੇਡਾ ਦੋਸਤ ਸੀਗੇ ਉਹਨਾਂ ਤੋਂ ਹੈ ਨਾ, ਜਿੰਨੇ ਉਹਦੇ ਨਾਲ ਧੋਖੇ ਹੋਏ ਉਹਨਾਂ ਬਾਰੇ ਬਰੀਕੀ ਦੇ ਵਿੱਚ, ਜੋ ਪ੍ਰਸ਼ਾਸਨ ਨੇ ਉਹਦੇ ਨਾਲ ਕੀਤਾ ਉਹ ਅਗਲੇ ਵਿੱਚ ਨਾ, ਇਹ ਸਮੱਸਿਆ ਮੇਰੇ ਵਾਸਤੇ ਲਿਖਣਾ ਵੱਡਾ ਸਮੱਸਿਆ ਨਹੀਂ, ਮੇਰੇ ਵਾਸਤੇ ਇਹ ਵੱਡੀ ਸਮੱਸਿਆ ਕਿ ਉਹ ਸਾਰੇ ਲੋਕ ਅੱਜ ਪਾਵਰ 'ਚ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡਾ ਭਰਾ ਸਾਡੇ ਦੇ ਵਿੱਚ ਹੈ ਨਹੀਂ ਗਾ, ਉਹ ਅੱਜ ਵੀ ਪਾਵਰ 'ਚ ਨੇ। ਮੈਨੂੰ ਕਹਿੰਦੇ ਨੇ ਯਾਰ ਵੀ ਉਹ ਨੁਕਸਾਨ ਕਰਦਾ ਨਹੀਂ, ਮੈਂ ਵੀ ਨੁਕਸਾਨ ਤਾਂ ਜਦੋਂ ਤੁਸੀਂ ਬੇਵਾਕ ਹੋ ਕੇ ਲਿਖੋਗੇ ਨੁਕਸਾਨ ਤਾਂ ਹੁੰਦਾ ਹੀ ਨਹੀਂ ਹੈ। ਨੁਕਸਾਨ ਅਸਲ 'ਚ ਮਰਨ ਦੇ ਵੀ ਤਰੀਕੇ ਹੁੰਦੇ ਨੇ, ਹਰ ਇੱਕ ਬੰਦੇ ਨੂੰ ਮਰਨਾ ਯਾਦ ਰਹਿਣਾ ਚਾਹੀਦਾ ਵੀ ਆਖਿਰ ਕਦੋਂ ਤਾਂ ਮਰਾਂਗੇ, ਪਰ ਆਪਦਾ ਕੰਮ ਕਰਕੇ ਮਰੋ ਬਸ। ਸਿੱਧੂ ਬਾਈ ਦੀ ਡੈਥ ਜਿੱਦਾਂ ਹੋਈ ਬਾਈ ਚਾਹੁੰਦਾ ਹੈਗਾ, ਤੁਸੀਂ ਕੋਈ ਵੀ ਗਾਣਾ ਕੱਢ ਕੇ ਦੇਖ ਲਓ, ਇੱਕ ਵੀ ਗਾਣਾ ਸੀ ਨਾ, ਇੱਕ ਦਿਨ ਅਸੀਂ ਸੋਚਿਆ ਵੀ ਕੋਈ ਇਹੋ ਜਿਹਾ ਗਾਣਾ ਹੈਗਾ ਵੀ ਜਿਹਦੇ ਵਿੱਚ ਉਹਨੇ ਇਹ ਨਹੀਂ ਕਿਹਾ ਵੀ ਮੈਂ ਮਰੂੰਗਾ ਵੀ ਐਂ ਮਰੂੰਗਾ, ਹੈਂ ਸਾਰੇ ਗਾਣਿਆਂ ਦੇ ਵਿੱਚ ਉਹ ਮੰਗਦਾ ਸੀ ਨਾ, ਉਹ ਆਈਡਲ ਕੌਣ ਸੀ, ਟੂ ਪਾਕ, ਬਿੱਗ, ਨਿਸ਼ਚੀ ਹਸਨ ਹੈ ਨਾ, ਉਹ ਸਾਰੇ ਉਹ ਵੀ ਮਤਲਬ ਉਹ ਵੀ ਗਏ ਵੇ ਨੇ, ਉਹ ਚਾਹੁੰਦਾ ਸੀ ਸ਼ਾਨਦਾਰ ਮੌਤ ਚਾਹੁੰਦਾ ਸੀਗਾ, ਉਹ ਜੋ ਚਾਹਿਆ ਉਹ ਕਮਾਲ ਦੀ ਚੀਜ਼ ਸੀ। ਸਰਕਾਰ ਦੇ ਵੱਲੋਂ ਬਾਈ ਦੇ ਜਸਟਿਸ ਵਾਸਤੇ ਗੱਲ ਹੋ ਰਹੀ ਹੈ ਤੇ ਤੁਹਾਡੇ ਹਿਸਾਬ ਨਾਲ ਜਸਟਿਸ ਕੀ ਹੋਣਾ ਚਾਹੀਦਾ? ਦੇਖੋ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਮਾਤਾ ਨੂੰ ਵੀ ਕਹਿੰਦਾ ਸੀਗਾ ਵੀ ਉਹ ਬੰਦਾ ਤਾਂ ਆਪਣਾ ਬੰਦਾ ਤਾਂ ਨਹੀਂ ਮੁੜਦਾ, ਬੰਦੇ ਨਹੀਂ ਮੁੜਦੇ ਹੁੰਦੇ, ਇਨਸਾਫ ਦੇ ਵਿੱਚ ਦੇਖੋ ਘੱਟੋ ਘੱਟ ਵੀ ਮਾੜਾ ਮੋਟਾ ਹੋ ਜਾਂਦਾ ਵੀ ਚੱਲ ਜਿਹੜੇ ਜਿਨ੍ਹਾਂ ਨੇ ਸਾਡੇ ਬੱਚੇ ਦਾ ਕਤਲ ਕੀਤਾ ਹੈ ਨਾ, ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਵੀ ਇਹ ਢੰਗ ਦੇ ਨਾਲ ਹੀ ਸਰਕਾਰ ਪੇਸ਼ ਆਵੇ, ਕਿਉਂਕਿ ਅੱਜ ਸਿੱਧੂ ਗਿਆ ਕੱਲ੍ਹ ਨੂੰ ਕਿਸੇ ਦਾ ਹੋਰ ਨਾ ਜਾਵੇ ਬਿਨਾਂ ਗੱਲਾਂ ਤੋਂ। ਜਿਹੜੇ ਲੋਕਾਂ ਦੀਆਂ ਕਿਰਤਾਂ ਲੁੱਟਦੇ ਨੇ, ਲੋਕਾਂ ਦੀਆਂ ਕਮਾਈਆਂ ਲੁੱਟਦੇ ਨੇ ਵੀ ਫੋਨ ਕੀਤਾ ਫਲਾਨਾ ਤੂੰ ਬਹੁਤ ਰੁਪਈਏ ਕਮਾਉਣਾ ਲੈ ਸਾਨੂੰ ਦੇ ਦੇ, ਇਹ ਚੀਜ਼ਾਂ ਮਤਲਬ ਇਹ ਇਹੋ ਜਿਹੜੇ ਸਮਾਜ ਦੇ ਵਿੱਚ ਅੰਸਰ ਨੇ ਇਹਨਾਂ ਨੂੰ ਖਤਮ, ਸਰਕਾਰਾਂ ਦੀ ਜ਼ਿੰਮੇਦਾਰੀ ਹੈ ਨਾ, ਸਰਕਾਰਾਂ ਨੇ ਬਣਾਏ ਵੇ ਨੇ ਇਹ, ਸਰਕਾਰਾਂ ਦੀ ਜ਼ਿੰਮੇਦਾਰੀ ਹੈ।
ਤੇ ਪੰਜਾਬ ਵਾਸਤੇ ਇਹ ਚੀਜ਼ਾਂ ਬਹੁਤ ਖਤਰਨਾਕ ਨੇ। ਕੋਈ ਵੀ ਬੰਦਾ ਪੰਜਾਬ 'ਚ ਆ ਕੇ ਕਿਉਂ ਕੰਮ ਕਰੂਗਾ? ਸਾਰੀ ਇੰਡਸਟਰੀ ਨਾਲ, ਕਿਉਂਕਿ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਜਾਣਦਾ, ਪਰ ਵੀ ਮੈਨੂੰ ਇਹ ਲੱਗਦਾ ਵੀ ਚੁੱਪ ਉਹ ਇੱਕ ਨਾ ਰਵੀਸ਼ ਕੁਮਾਰ ਨੇ ਥੋੜ੍ਹੇ ਟਾਈਮ ਪਹਿਲਾਂ ਉਹਦੇ ਵਿੱਚ ਗੱਲ ਕਹੀ ਕਿ ਮਰਨਗੇ ਸਾਰੇ ਜਿਹੜੇ ਚੁੱਪ ਨੇ, ਹੈ ਨਾ, ਸਿਰ ਬੋਲੋ ਯਾਰ ਤੁਸੀਂ। ਉਹ ਬੰਦਾ ਮੈਂ ਜਾਣਦਾ ਬਈ, ਇਹ ਗੱਲ ਮੈਂ ਕਹਿ ਸਕਦਾ ਲਿਖਤੀ ਰੂਪ 'ਚ ਕਹਿ ਸਕਦਾ ਵੀ ਉਹ ਤੋਂ ਮੰਗਿਆ ਤੇ ਉਹਨੇ ਇਹ ਕਿਹਾ ਵੀ ਹੱਕ ਦੀ ਕਮਾਈ ਨਾਲ ਕਮਾਇਆ, ਬਹੁਤ ਗਰੀਬੀ ਦੇਖੀ ਆ, ਹੱਕ ਦੀ ਮਿਹਨਤ ਹੈ ਮੇਰੀ, ਰਾਤ ਨੂੰ ਮਤਲਬ 12-12 ਘੰਟੇ ਮਿਊਜ਼ਿਕ ਸੁਣਨਾ, ਹੈ ਨਾ, ਅਤੇ ਕੰਮ ਕਰਨਾ, ਕੋਲ ਬਿਠਾ ਕੇ ਕਿਹੜੇ ਤੋਂ ਮਿਊਜ਼ਿਕ ਤਿਆਰ ਕਰਾਉਣਾ, ਕੋਈ ਵੀ ਪ੍ਰੋਫੈਸ਼ਨ ਆ ਕੋਈ ਵੀ ਸੌਖਾ ਨਹੀਂ ਹੁੰਦਾ। ਕਿਉਂ ਦਿਓ ਯਾਰ ਕਿਸੇ ਨੂੰ ਆਪਦੀ ਮੁਫਤ ਦੀ ਕਮਾਈ, ਹੱਕ ਦੀ ਕਮਾਈ ਕਿਉਂ ਦਿਓ ਤੁਸੀਂ? ਜੇ ਆਪਦੀ ਹੱਕ ਦੀ ਕਮਾਈ ਵਾਸਤੇ ਰੁਪਈਏ ਉਹਨੂੰ ਟ੍ਰਾਂਸਫਰ ਕਰਕੇ ਚੁੱਪ ਕਰ ਗਏ ਅਤੇ ਕਹਿਤਾ ਜੀ ਸਾਡੇ ਤਾਂ ਘਰ 'ਤੇ ਗੋਲੀਆਂ ਵੱਜੀਆਂ ਨਹੀਂ ਹੈਗੀਆਂ, ਹੈਂ, ਇਹ ਤਰੀਕਾ ਥੋੜ੍ਹੀ ਆ ਕੋਈ? ਲੜੋ ਯਾਰ, ਮਰਦੋਂ ਤੁਸੀਂ ਲੜੋ, ਸਾਡੇ ਤਾਂ ਖੂਨ 'ਚ ਲੜਾਈ ਹੈਗੀ ਬਾਈ। ਜਿਉਂਦਾ ਵੀ ਕਨਸਪੀਰੇਸੀ ਦੇ ਵਿੱਚ ਹੀ ਰਿਹਾ, ਉਹ ਉਹਨੇ ਜਾਣੇ ਨਹੀਂ ਬਾਈ, ਉਹਨੇ ਤਾਂ ਜਾਣਦੇ ਮਗਰੋਂ ਉਦਾਂ ਕੋਈ ਟ੍ਰਿਪਲ ਹੋ ਗਈ। ਹਾਂ ਦੇ ਗੱਲਾਂ ਹੁਣ ਅੱਜ ਕੱਲ੍ਹ ਜੋ ਚੱਲ ਰਹੀਆਂ ਕਿ ਜੇ ਸਿੱਧੂ ਦੇ ਮਗਰ ਗੈਂਗਸਟਰ ਸੀਗੇ ਅਤੇ ਸਿੱਧੂ ਦੇ ਕਨੈਕਸ਼ਨਸ ਵੀ ਗੈਂਗਸਟਰ ਦੇ ਨਾਲ ਰਹੇ, ਇਹ ਗੱਲਾਂ ਚੱਲ ਰਹੀਆਂ। ਦੇਖੋ ਇਹ ਜਿਹੜੀ ਇੰਡਸਟਰੀ ਆ ਨਾ, ਇਹਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਮਾੜੇ ਮੋਟੇ ਰੁਪਈਏ ਕਮਾਉਣ ਲੱਗ ਗਿਆ ਵੀ ਜਿਨ੍ਹਾਂ ਨੂੰ ਉਹ ਅਪਰੋਚ ਨਹੀਂ ਕਰਦੇ, ਸਾਰਿਆਂ ਨੂੰ ਕਰਦੇ ਆ ਅਪਰੋਚ, ਹੈ ਨਾ। ਹੁਣ ਵੀ ਜੇ ਕੋਈ ਗੈਂਗਸਟਰ ਕਿਸੇ ਨੂੰ ਫੋਨ ਕਰੀ ਜਾਂਦਾ ਵੀ ਤੂੰ ਮੈਨੂੰ ਪੈਸੇ ਦੇ, ਉਹਦੇ ਨਾਲ ਲਿੰਕ ਥੋੜ੍ਹੀ ਹੋ ਗਏ। ਕਈ ਵਾਰੀ ਇਹ ਹੁੰਦਾ ਨਾ ਸਰਕਾਰ ਭੱਜਣਾ ਚਾਹੁੰਦੀ ਹੁੰਦੀ ਹੈਗੀ, ਉਹਦੇ ਜੇ ਉਹਨੂੰ ਚਾਹੁਣ ਵਾਲੇ ਸੀ। ਮੈਂ ਕਿਹਾ ਸੀਗੇ ਜਿੰਨੀ ਸਿੱਧੂ ਨੂੰ ਨਫ਼ਰਤ ਮਿਲੀ ਆ ਇੰਨੀ ਨਫ਼ਰਤ ਵੀ ਕਿਸੇ ਬੰਦੇ ਨੂੰ ਨਹੀਂ ਮਿਲੀ ਜਿਉਂਦੇ ਜੀ। ਅਸੀਂ ਦੇਖਿਆ ਧਰਨੇ 'ਤੇ ਗਏ, ਧਰਨੇ 'ਤੇ ਲੋਕ ਮਗਰ ਪੈ ਗਏ, ਜੇ ਕਿਸੇ ਵਿਆਹ 'ਤੇ ਗਏ ਲੋਕ ਵਿਆਹ 'ਤੇ ਮਗਰ ਪੈ ਗਏ, ਔਨਲਾਈਨ ਤਾਂ ਪਤਾ ਹੀ ਨਹੀਂ ਕਿੰਨਾ ਨੇ ਕੀ ਕੀਤਾ। ਅਤੇ ਉਹਨੂੰ ਮੁੱਦੇ ਨੂੰ ਨਾ ਡਿਵਰਟ ਕਰਨਾ ਆਉਂਦਾ ਹਮੇਸ਼ਾ ਵੀ ਇਹ ਕੋਈ ਫਿਲਮ ਨਹੀਂ ਹੈਗੀ ਵੀ ਪਹਿਲਾਂ ਅਗਲਾ ਐਂ ਥੋੜ੍ਹੀ ਕਹਿੰਦਾ ਯਾਰ ਵੀ ਸਿੱਧੇ ਹੀ ਠਾਹ ਸੋਟਾ ਮਾਰਦਾ ਹੁੰਦਾ, ਪਹਿਲਾਂ ਹਲੇ ਪਿਆਰ ਨਾਲ ਵਿੜਾ ਕੇ ਵੀ ਗੱਲ ਕਰਦਾ ਹੁੰਦਾ ਨਾ ਵੀ ਬਾਈ ਤੇਰਾ ਤਾਂ ਯਾਰ ਚੰਗਾ ਕੰਮ ਚੱਲਦਾ ਜੀ ਇਹ ਬੂ, ਹੈ ਨਾ। ਵੀ ਹੁਣ ਉਹਨਾਂ ਦੀਆਂ ਅੰਦਾਜ਼ਾ ਕਿੱਥੋਂ ਲਾਇਆ ਜਾ ਸਕਦਾ ਵੀ ਜਿਹੜੇ ਬੰਦੇ ਉਹਨਾਂ ਨੂੰ ਕਾਲ ਕਰਦੇ ਹੋਣੇ ਜਾਂ ਜਿਹੜੇ ਉਹਦੇ ਨਾਲ ਫੋਟੋ ਖਿਚਾਉਣ ਆਉਂਦੇ ਹੋਣੇ ਆਸੇ ਪਾਸੇ, ਬੰਦੇ ਦਾ ਔਰਾ ਕਿੱਡਾ ਸਾਨੂੰ ਇਹ ਦੇਖਣਾ ਪਊਗਾ। ਉਹਦੇ ਔਰੇ ਦੇ ਵਿੱਚ ਕਈ ਵਾਰੀ ਆਪਾਂ ਹੁਣ ਦੇਖਿਆ ਵੀ ਜਿਵੇਂ ਸੁਖਪਾਲ ਖਹਿਰੇ ਦਾ ਰੌਲਾ ਜੀ ਜਾਂ ਮਜੀਠੀਏ ਦਾ ਰੌਲਾ, ਹੁਣ ਮਜੀਠੀਆ ਆਪ ਤਾਂ ਨਹੀਂ ਚਿੱਟਾ ਵੇਚਣ ਜਾਂਦਾ, ਉਹਦੇ ਵਰਕਰ ਹੋਣਗੇ, ਉਹਨਾਂ ਨਾਲ ਫੋਟੋਆਂ ਆਉਣੀਆਂ, ਉਹਨਾਂ ਨਾਲ ਮਜੀਠੀਏ ਦੇ ਲਿੰਕ ਸੀਗੇ, ਹੈ ਨਾ। ਹੁਣ ਇੰਨੇ ਬੰਦੇ ਮਿਲਦੇ ਨੇਗੇ, ਬੰਦੇ ਦੇ ਅੰਦਰ ਕੀ ਆ ਸਾਨੂੰ ਇਹ ਨਹੀਂ ਨਾ ਪਤਾ, ਹੈ ਨਾ, ਵੀ ਉਹ ਗੈਂਗਸਟਰ ਹੈ ਕਿ ਨਹੀਂ ਹੈਗਾ। ਕੋਈ ਬੰਦਾ ਸਿੱਧੂ ਕੋਲ ਫੋਟੋ ਖਿਚਾਉਣ ਆ ਗਿਆ, ਕੋਈ ਬੰਦਾ ਸਿੱਧੂ ਨੂੰ ਪਾਰਟੀ 'ਤੇ ਮਿਲ ਗਿਆ, ਕੋਈ ਬੰਦਾ ਸਿੱਧੂ ਦੀ ਗੱਡੀ 'ਚ ਵੀ ਬੈਠ ਗਿਆ, ਜ਼ਰੂਰੀ ਨਹੀਂ ਕਿ ਸਾਰੀਆਂ ਗੱਲਾਂ ਦਾ ਸਿੱਧੂ ਨੂੰ ਪਤਾ ਹੋਵੇ। ਕਈ ਬੰਦੇ ਕਿਸੇ ਬੰਦੇ ਦੀ ਵੱਡੇ ਰੁੱਖ ਦੀ ਛਾਂ ਦੇ ਵਿੱਚ ਹੀ ਮਤਲਬ ਕਿ ਸਾਰਾ ਕੁਛ ਰਜੇਵੀਂ ਬੰਦੇ ਲੋਕ ਮਿਲਦੇ ਹੀ ਇੰਨੇ ਬਾਈ, ਉਹਨੂੰ ਇੰਨੇ ਬੰਦੇ। ਇੱਕ ਤਾਂ ਇਹ ਸੀ ਨਾ ਵੀ ਉਹਨੇ ਤਾਂ ਜੇ ਕੋਈ ਫੋਟੋ ਕਰਾਉਣ ਆਇਆ ਕਿਸੇ ਨੂੰ ਗਾਲ ਦਿੱਤੀ ਵੀ ਤੁਸੀਂ ਮਿਲਣੇ ਨਹੀਂ, ਉਹਦਾ ਦਰਵਾਜ਼ੇ ਖੁੱਲ੍ਹੇ ਸੀ। ਹੁਣ ਜਿਹੜਾ ਗੈਂਗਸਟਰ ਜਿਹੜਾ ਮਤਲਬ ਕਿ ਕੇਕੜਾ ਸੀਗਾ ਉਹ ਬਾਈ ਕੇ ਅੰਦਰਲੇ ਪਾਰਕ ਦੇ ਵਿੱਚ ਕੱਖ ਉਤਰੀ ਗਿਆ, ਦੋ ਦਿਨ ਅੰਦਰਲੇ ਪਾਰਕ ਦੇ ਵਿੱਚ ਉਹ ਘਾਹ ਦੀ ਸੈਟਿੰਗ ਕਰੀ ਗਿਆ। ਹੁਣ ਹੈ ਤਾਂ ਉਹ ਵੀ ਗੈਂਗਸਟਰ, ਉਹ ਘਰੇ ਫਿਰਦਾ ਚਾਹ ਪੀ ਜਾਂਦਾ। ਹੁਣ ਅਸੀਂ ਮਤਲਬ ਕਿ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾਈਏ ਕਿ ਉਹ ਬੰਦਾ ਗੈਂਗਸਟਰ ਸੀਗਾ, ਹੈ ਨਾ, ਕਿਹੜੇ ਬੰਦੇ ਉਹਦੇ ਆਸੇ ਪਾਸੇ। ਇਹ ਤਾਂ ਦੇਖੋ ਹੈਗੀਆਂ ਨੇ ਗੱਲਾਂ ਵੀ ਪ੍ਰਸ਼ਾਸਨ ਨੇ ਬਣਾਈਆਂ, ਉਹਦੇ ਵਿਰੋਧੀਆਂ ਨੇ ਬਣਾਈਆਂ, ਬਾਕੀ ਇਹ ਜਾਂਚ ਦਾ ਵਿਸ਼ਾ ਹੈਗਾ ਬਈ। ਜੇ ਹੈ ਤਾਂ ਸਰਕਾਰ, ਤੁਹਾਨੂੰ ਲੱਗਦਾ ਜਿੰਨਾ
ਬੇਵਕ ਸਰਕਾਰ ਦੇ ਖਿਲਾਫ ਉਹਦੇ ਫਾਦਰ ਸਾਹਿਬ ਨੇ ਕਿਹਾ, ਸਰਕਾਰ ਕੱਢ ਦਿੰਦੀ, ਹੁਣ ਸਰਕਾਰਾਂ ਕੋਲ ਸਾਰਾ ਕੁਛ ਹੁੰਦਾ, ਫੋਨ ਸਿੱਧੂ ਦੇ ਫੋਨ ਹੁਣ ਤੱਕ ਉਹਨਾਂ ਕੋਲ ਰਹੇ ਨੇਗੇ, ਫੋਨਾਂ ਦੇ ਵਿੱਚ ਹੀ ਹੁੰਦਾ ਨਾ ਡਾਟਾ ਸਾਰਾ ਕੁਛ, ਫੋਨ ਉਹਨਾਂ ਕੋਲ, ਪਰਿਵਾਰ ਨੂੰ ਵਾਪਸ ਮਿਲੇ, ਪਰਿਵਾਰ ਨੂੰ ਹੁਣ ਮਿਲ ਗਏ ਵਾਪਸ ਕਾਫੀ ਦੇਰ ਬਾਅਦ। ਯਾਰ ਵੈਰ ਜਿੰਨਾ ਮਰਜ਼ੀ ਹੋਵੇ, ਜਿਹਦਾ ਮਰਜ਼ੀ ਵੈਰ, 30 ਗੋਲੀਆਂ ਯਾਰ। ਹਾਂ ਉਹ ਤਾਂ ਫਿਰ ਮੈਨੂੰ ਇਹ ਲੱਗਦਾ ਨਾ ਵੀ ਬੰਦਿਆਂ ਦੇ ਵਿੱਚ ਵੀ ਸਟੇਟ ਦਾ ਹੋ ਸਕਦਾ, ਮੈਂ ਵਾਸਟ ਲੈਵਲ ਤੇ ਪੁੱਛ ਰਿਹਾ। ਮੈਨੂੰ ਹੁਣ ਲੱਗਣ ਲੱਗ ਗਿਆ ਜਦੋਂ ਦੀ ਨਿੱਜਰ ਦਾ ਕਤਲ ਹੋਇਆ, ਪੰਜ ਵਰਡ ਦਾ ਹੋਇਆ, ਪਹਿਲਾਂ ਮੈਨੂੰ ਦੀਪ ਸਿੱਧੂ 'ਤੇ ਵੀ ਮੈਨੂੰ ਨਹੀਂ ਲੱਗਦਾ ਸੀਗਾ ਵੀ, ਮੈਨੂੰ ਲੱਗਦਾ, ਮੈਂ ਕਹਿੰਦਾ ਐਕਸੀਡੈਂਟ ਹੈ, ਹੁਣ ਮੈਨੂੰ ਉਹ 'ਤੇ ਵੀ ਸ਼ੱਕ ਲੱਗਦਾ ਵੀ ਉਹ ਵੀ ਸਟੇਟ ਦਾ ਕੰਮ ਹੈ। ਜਿਹੜੇ ਹਿਸਾਬ ਦੇ ਨਾਲ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਇਹਨਾਂ ਦੇ ਬੰਦੇ ਫੜੇ ਗਏ ਆ, ਫਿਰ ਉਹੀ ਗੱਲ ਆ ਗਈ ਕਿ ਜਿਹੜਾ ਬੰਦਾ ਇਹ ਕਹਿੰਦਾ ਸਾਨੂੰ ਵੀ ਲੱਗਦੇ ਬਾਰਡਰ ਦੇ ਲੀਏ ਨਹੀਂ, ਅਤੇ ਜਿਹਦੇ ਪਿੱਛੇ ਪੂਰਾ ਦਿੱਲੀ ਤੱਕ ਗੋਆ ਤੱਕ ਲੋਕ ਖੜ੍ਹੇ ਨੇ, ਉਹਦੇ ਬਾਰੇ ਗੱਲ ਨਹੀਂ ਸੁਣਨਾ ਚਾਹੁੰਦੇ, ਹਰਿਆਣਾ ਉਹਦੇ ਬਾਰੇ ਗੱਲ ਨਹੀਂ ਸੁਣਨਾ ਚਾਹੁੰਦਾ। ਇੰਟਰਨੈਸ਼ਨਲ ਮਤਲਬ ਇਹ ਪਰਸਨੈਲਿਟੀ ਹੈ, ਅਤੇ ਉਹ ਇੱਕ ਆਪਦੀ ਸਟੇਟ ਨੂੰ ਰੀਪ੍ਰਜੈਂਟ ਕਰ ਰਿਹਾ ਬਹੁਤ ਬੋਲਡ ਤਰੀਕੇ ਨਾਲ, ਸਟੇਟ ਬਾਈ ਉਹਨੂੰ ਕਿਵੇਂ ਝੱਲ ਲੂਗੀ। ਹੁਣ ਮੈਨੂੰ ਲੱਗਦਾ, ਮੈਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਮੈਂ ਕਦੇ ਕਦੇ ਲੱਗਦਾ ਮੈਨੂੰ ਇਹ ਕਮਾਂਡੋ ਐਕਸ਼ਨ ਵੀ ਹੈ ਯਾਰ, ਬੰਦੇ ਕਮਾਲ ਹੋਗਾ। ਖਤਰਾ ਕੌਣ ਨਹੀਂ ਸਟੇਟ ਨੂੰ, ਜਿਹੜਾ ਬੰਦਾ ਦੇਖੋ ਮਾਰਟਿਨ ਲੂਥਰ ਕਿੰਗ, ਟੂਪਾਕ, ਦੁਨੀਆ ਜਿਹੜੀ ਤਾਕਤ ਆਰਟਿਸਟ ਕੋਲ ਆ, ਜਿਹੜੀ ਤਾਕਤ ਕਲਮ ਕੋਲ ਆ, ਹੈ ਨਾ, ਉਹ ਹਥਿਆਰਾਂ ਕੋਲ ਵੀ ਨਹੀਂ ਹੁੰਦੀ ਹੈਗੀ, ਇਹ ਗੱਲ ਪੱਕੀ ਹੈ। ਮੈਂ ਲਿਖਿਆ ਜੀ ਕਿ ਕਲਮ ਵਿੱਚ ਜੋਤ ਹੈ ਮਾਂ ਵਰਗੀ, ਅੱਖਰ ਪੁੱਤਾਂ ਵਾਂਗੂ ਪਾਲੇ ਜਾਂਦੇ ਨੇ, ਮਰਨ ਨਾ ਔਰੰਗੇ ਜ਼ਾਲਮ ਜੋ ਨਾਲ ਹਥਿਆਰਾਂ ਦੇ, ਫਿਰ ਨਾਲ ਜ਼ਫਰਨਾਮੇ ਦੇ ਮਾਰੇ ਜਾਂਦੇ ਨੇ। ਜ਼ਫਰਨਾਮੇ ਦੇ ਨਾਲ ਔਰੰਗਜ਼ੇਬ ਮਾਰਤਾ ਸੀ ਪਾਤਸ਼ਾਹ ਨੇ, ਕਲਮ ਦੇ ਵਿੱਚ ਤਾਕਤ ਹੈ ਉਹ। ਇਹ ਗੱਲਾਂ ਸਟੇਟ ਨੂੰ ਪਤਾ ਰਹੀਆਂ ਵੀ ਜਦੋਂ ਉਹ ਹੋਰ ਮਚੋਰ ਹੋਊਗਾ ਤਾਂ ਸਟੇਟ ਪੱਖੀ ਲਿਖੂਗਾ, SYL 'ਤੇ ਲਿਖੂਗਾ, ਪੰਜਾਬ 'ਤੇ ਲਿਖੂਗਾ, ਪੰਜਾਬ ਦੀ ਬੋਲੀ 'ਤੇ, ਹੈ ਨਾ, ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਗੱਲ ਉਹਨੇ ਮੇਰੇ ਸਾਹਮਣੇ ਲਿਖ ਕੇ ਪਾਇਆ, CPU ਪੰਜਾਬ ਯੂਨੀਵਰਸਿਟੀ ਦੇ ਆਪਦੀ ਸਟੋਰੀ ਦੇ ਵਿੱਚ ਪਾਇਆ, ਹੈ ਨਾ। ਉਹਦਾ ਉਹਦੇ ਇੱਕ ਮੂਵ ਦੇ ਨਾਲ ਬਾਕੀ ਇਹ ਗੱਲ ਹੈ ਕਿ ਹਲਚਲ ਹੁੰਦੀ ਸੀ, ਅਸੀਂ ਦੇਖਿਆ ਇੱਕ ਮੂਵ ਦੇ ਨਾਲ ਭਾਈ ਸਿੱਧੂ ਮੂਸੇ ਵਾਲੇ ਤੋਂ ਹਟ ਕੇ ਮੌਜੂਦਾ ਸਰਕਾਰ ਬਾਰੇ ਜੀ, ਫਸਟ ਲੈਵਲ 'ਤੇ, ਫਸਟ ਲੈਵਲ 'ਤੇ ਕੀ ਸ਼ਾਇਰ ਹੈ ਮੌਜੂਦਾ ਸਰਕਾਰ ਬਾਰੇ, ਅੱਜ ਦੇ ਹਾਲਾਤਾਂ ਬਾਰੇ? ਮੈਂ ਨਾ ਇੱਕ ਦਿਨ ਦੇਖੀ ਜਾਂਦਾ ਜੀ, ਮੈਂ ਸਾਰੇ ਦੇਸ਼ ਦੇ ਲੀਡਰਾਂ ਦਾ ਐਨਾਲਾਈਜ਼ ਕਰੀ ਜਾਂਦਾ ਸੀ, ਮੈਨੂੰ ਲੱਗਿਆ ਵੀ ਮਮਤਾ ਬੈਨਰਜੀ ਬੜੀ ਬੋਲਡ ਆ, ਸਿਰਫ ਬੋਲਡ ਨਹੀਂ ਕਰਕੇ ਵੀ ਦਿਖਾਉਂਦੀ ਹੈ। CBI ਦੀ ਇੱਕ ਟੀਮ ਨਾ ਕਲਕੱਤੇ ਕਿਸੇ ਲੀਡਰ 'ਤੇ ਰੇਡ ਮਾਰਨ ਵਾ ਗਈ, ਉਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀ ਆਉਂਦਾ, ED ਸੀ ਪਤਾ ਨਹੀਂ, CBI ਸੀ, ਉਹ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਸੀਗਾ, ਉਹਨੇ ਚੱਕ ਕੇ ਸਾਰੀ ਉਹ ਟੀਮ ਨੂੰ ਜੇਲ੍ਹ ਦੇ ਵਿੱਚ ਸਿੱਟਤਾ, ਸੈਂਟਰ ਦੀ ਟੀਮ, ਸੈਂਟਰ ਗਵਰਨਮੈਂਟ ਦੀ, ਇਹ ਲੀਡਰ ਹੁੰਦਾ ਜਿਹੜਾ ਆਪਦੀ ਸਟੇਟ ਵਾਸਤੇ ਕਰ ਸਕਦਾ ਹੁੰਦਾ। ਸਾਡੇ ਲੀਡਰ ਕੀ ਕਰਦੇ ਆ, ਸਾਡੇ ਆ ਕੇ ਇੱਧਰ ਗੋਲੇ ਸਿੱਟੀ ਜਾਂਦੇ ਨੇ, ਉਹ ਅੱਜ ਸ਼ੰਭੂ ਬਾਰਡਰ ਦੇ ਉੱਪਰ ਮੁੰਡਾ ਮਾਰਤਾ ਦੂਜੀ ਸਟੇਟ ਨੇ, 21-22 ਸਾਲਾਂ ਦਾ ਮੁੰਡਾ, ਕਿੰਨਾ ਸੋਹਣਾ ਮੁੰਡਾ ਸੀਗਾ, ਸਾਡੇ ਪਿੰਡਾਂ ਕਿੰਨੀ ਦਾ ਉੱਧਰ ਮਾਨਸਾ ਦੇ ਨਾਲ, ਉੱਧਰ ਹੀ ਰਹਿ ਜਾਂਦਾ, ਸਾਡੇ ਮੌੜਾਂ ਦੇ ਨਾਲ ਹੀ ਰਹਿ ਜਾਂਦਾ, ਬੱਲੋ ਪਿੰਡ ਹੈ। ਅਤੇ ਹੁਣ ਇਕੱਲਾ ਮੁੰਡਾ ਸੀਗਾ ਉਹ ਮਾਰਤਾ, ਉਹਦੀ ਹੁਣ ਇਹ ਤਾਂ ਹੁਣ ਉਹ ਕਹਿੰਦੇ ਵੀ ਇਨਸਾਫ਼ ਕਿਵੇਂ ਇਨਸਾਫ਼ ਦੇ ਦਾਂਗੇ ਆਪਾਂ ਬਾਈ, ਪੁਲਿਸ 'ਤੇ ਕੇਸ ਕਰ ਦੋਗੇ ਤੁਸੀਂ, ਸੈਂਟਰ ਗਵਰਨਮੈਂਟ ਕਰਵਾ ਰਹੀ ਹੈਗੀ, ਉਹ ਤਾਂ ਹੋ ਨਹੀਂ ਸਕਦਾ ਹੈਗਾ। ਇਹ ਕੁਰਸੀਆਂ ਤਿਆਗਣ ਨੂੰ ਲੋਕ ਇਹ ਜਿਹੜੇ ਤਿਆਰ ਨਹੀਂ, ਇਹਦੇ ਵਿੱਚ ਇਕੱਲਾ ਇਹ ਨਹੀਂ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ, ਮੌਜੂਦਾ ਮੁੱਖ ਮੰਤਰੀ ਦੀ ਸਮੱਸਿਆ ਇਹ ਹੈਗੀ ਵੀ ਉਹ ਨੌਨ ਸੀਰੀਅਸ ਬੰਦਾ ਬਹੁਤ ਹੈ,
ਵੀ ਉਹ ਤੁਸੀਂ ਦੇਖੋ ਵੀ ਇੰਨੀ ਐਡਵਰਟਾਈਜ਼ਮੈਂਟ ਕਿਤੇ ਹੋਈ ਆ ਬਹੁਤ ਜ਼ਿਆਦਾ, ਜਿਹੜੇ ਸਰਕਾਰ ਦੇ ਚੰਗੇ ਕੰਮ ਹੈ ਉਹ ਕੰਮ ਦੱਸਣਗੇ। ਹਾਂ ਉਹ ਲੋ ਮੇਰੇ ਮੰਨ ਲਓ ਵੀ ਮੈਨੂੰ ਬਿਜਲੀ ਦਾ ਬਿੱਲ ਨਹੀਂ ਆਇਆ, ਮੈਨੂੰ ਦੱਸਣ ਦੀ ਲੋੜ ਥੋੜ੍ਹੀ ਆ, ਮੈਂ ਕਹੂੰ ਭਗਵੰਤ ਮਾਨ ਦੇ ਰਾਜ ਦੇ ਵਿੱਚ ਮੈਨੂੰ ਬਿਜਲੀ ਦਾ ਬਿੱਲ ਨਹੀਂ ਆਇਆ ਹੈ ਨਾ, ਅਤੇ ਮੈਂ ਆਪਦੇ ਆਪ ਹੀ ਵੋਟ ਪਾਊਂਗਾ ਯਾਰ, ਮੇਰਾ 10-10 ਹਜ਼ਾਰ 15-15 ਹਜ਼ਾਰ ਵੋਟ ਬਿੱਲ ਆਉਂਦਾ ਸੀ ਅਤੇ ਮੈਨੂੰ ਬਿੱਲ ਨਹੀਂ ਆਇਆ। ਕਿਸੇ ਬੱਚੇ ਨੂੰ ਮਤਲਬ ਕਿਸੇ ਬੱਚੇ ਦੀ ਫੀਸ ਪੜ੍ਹਾਈ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਜੇ ਸਰਕਾਰ ਬਹੁਤ ਸੋਹਣਾ ਕੰਮ ਕਰ ਰਹੀ ਹੈ ਤਾਂ ਪੇਰੈਂਟਸ ਨੂੰ ਉਹ ਗੱਲਾਂ ਦਾ ਪਤਾ ਲੱਗੂ। ਸਾਨੂੰ ਮਤਲਬ ਕਿ ਅਰਬਾਂ ਰੁਪਈਆਂ ਦੇ ਹੋਲਡਿੰਗਸ ਲਾ ਕੇ ਇਹ ਗੱਲ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੈਗੀ ਕਿ ਸਰਕਾਰ ਕੰਮ ਕਰ ਰਹੀ ਹੈ ਨਾ। ਸਰਕਾਰ ਕੰਮ ਕਰੇ, ਲੋਕਾਂ ਨੂੰ ਆਪੇ ਪਤਾ ਲੱਗੂ, ਅਤੇ ਮੀਡੀਆ ਹੈ ਜਿਹੜਾ, ਮੀਡੀਆ ਦਾ ਇੱਕੋ ਹੀ ਰੋਲ ਹੁੰਦਾ, ਖਾਸ ਕਰਕੇ ਹੁਣ ਪੰਜਾਬੀ ਮੀਡੀਆ ਦੇ ਵਿੱਚ ਵੀ ਅਸਲ ਮੋਦੀ ਦੀ ਤਰਜ਼ 'ਤੇ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ ਆ ਜਿਹੜੀ। ਪੰਜਾਬੀ ਮੀਡੀਆ ਖਬਰ ਨਹੀਂ ਲਾ ਸਕਦਾ ਭਗਵੰਤ ਮਾਨ ਦੇ ਅਗੇਂਸਟ, ਉਹਨਾਂ ਦੇ ਚੈਨਲ ਉੱਡ ਗਏ। ਮੇਰਾ ਬਹੁਤ ਖਾਸ ਮਿੱਤਰ ਹੈ ਨਵਰੀਤ ਸਿਵੀਆਂ, ਚੈਨਲ ਡਾ ਤਾ ਬਾਈ ਬੜੇ ਆ, ਹਾਂ ਘੱਟੋ ਘੱਟ ਮਤਲਬ ਕਿ ਵੀ 12-15 ਤਾਂ ਵੱਡੇ ਚੈਨਲ ਨੇ ਜਿਹੜੇ ਡਾ 'ਤੇ ਹੈ ਨਾ। ਪਰ ਪੱਤਰਕਾਰ ਦੀ ਵੀ ਇਹ ਰਿਸਪੋਂਸੀਬਿਲਿਟੀ ਆ ਵੀ ਪੱਤਰਕਾਰ ਇਹ ਨਹੀਂ ਦੱਸ ਸਕਦਾ ਹੁੰਦਾ ਕਿ ਕੌਣ ਸਹੀ ਅਤੇ ਕੌਣ ਗਲਤ ਹੈ। ਪੱਤਰਕਾਰ ਦਾ ਕੰਮ ਹੈ ਇਨਫੋਰਮੇਸ਼ਨ ਲੋਕਾਂ ਤੱਕ ਲੈ ਕੇ ਜਾਣੀ ਹੈ ਨਾ। ਤੁਸੀਂ ਮਤਲਬ ਡਿਸਾਈਡ ਨਹੀਂ ਕਰ ਸਕਦੇ ਵੀ ਆਹ ਸਹੀ ਹੈ ਕਿ ਗਲਤ ਹੈ। ਇੱਥੇ ਸਾਡੇ ਸਰਕਾਰ ਤਾਂ ਜਿਵੇਂ ਦੀ ਹੈਗੀ ਹੈਗੀ ਹੈ, ਸਾਡਾ ਮੀਡੀਆ ਵੀ ਇਹ ਡਿਸਾਈਡ ਕਰ ਬੈਠਾ ਹੈ ਵੀ ਆਹ ਸਹੀ ਹੈ ਆਹ ਗਲਤ ਆ, ਇਹ ਚੱਕਰ। ਹਾਂ ਬਸ ਹੋ ਗਿਆ ਵੀ ਆਪਣੇ ਜੋ ਸੀਐਮ ਦੀ ਗੱਲ ਆ, ਹੁਣ ਮੁੰਡੇ ਦੀ ਡੈਥ ਹੋ ਗਈ ਨੌਜਵਾਨ ਮੁੰਡੇ ਦੀ, ਉਸ ਤੋਂ ਬਾਅਦ ਰਾਤ ਨੂੰ ਹੀ ਮੈਸੇਜ ਆ ਗਿਆ ਕਿ ਮੈਂ ਬ੍ਰਿਜ ਦਾ ਕੰਮ ਕਰੂੰਗਾ ਕਿਸਾਨਾਂ ਦੇ ਵਿੱਚ ਸੈਂਟਰ ਦੇ ਵਿੱਚ, ਪਰ ਬੈਕ ਐਂਡ 'ਤੇ ਕਿਸਾਨਾਂ ਨਾਲ ਵੀ ਹੈ, ਉਹਨਾਂ ਨਾਲ ਵੀ ਹੈ। ਸੀਐਮ ਦਾ ਫੇਸ ਇੱਦਾਂ ਦਾ ਮੈਨੂੰ ਲੱਗਦਾ ਸੀਐਮ ਵਿਚਾਰਾ ਵਿਚਾਲੇ ਕਸੂਤਾ ਜਿਹਾ ਫਸਿਆ ਵੀ ਪਿਆ ਹੈਗਾ ਹੈ ਨਾ, ਕਿਉਂਕਿ ਸੈਂਟਰ ਗੌਰਮੈਂਟ ਦੀਆਂ ਪੋਲਿਸੀ ਸਟੇਟ ਨੂੰ ਚਲਾਉਣਾ ਵੀ ਬਹੁਤ ਔਖਾ ਕੰਮ ਹੈਗਾ ਹੈ ਨਾ, ਅਤੇ ਉਹਦੇ ਵਾਸਤੇ ਲੀਡਰ ਦਾ ਬੋਲਡ ਹੋਣਾ ਬਹੁਤ ਵੱਡੀ ਗੱਲ ਹੈ। ਅਤੇ ਪੰਜਾਬ ਵਾਸਤੇ ਮੈਨੂੰ ਲੱਗਦਾ ਸੀਗਾ ਕਿ ਸਾਡੇ ਮਹਾਰਾਜੇ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੂੰ ਲੀਡਰ ਮਿਲੇ ਹੀ ਨਹੀਂ ਬਈ, ਕੋਈ ਚੱਜ ਦਾ ਲੀਡਰ ਜਿਹਨੂੰ ਅਸੀਂ ਇਹ ਕਹਿ ਸਕਦੇ ਹੋਈਏ ਵੀ ਇਹ ਯਾਰ ਪੰਜਾਬ ਵਾਸਤੇ ਕਮਾਲ ਦੀ ਚੀਜ਼ ਹੈ ਹੈ ਨਾ। ਇੱਕ ਸੰਤਾਂ ਦੇ ਰੂਪ ਦੇ ਵਿੱਚ ਜ਼ਰੂਰ ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਬਹੁਤ ਸ਼ੋਰਟ ਟਾਈਮ ਦੇ ਵਿੱਚ ਇੱਕ ਲੀਡਰ ਆਇਆ ਸੀਗਾ ਜਿਹੜਾ ਬੇਬਾਕ ਸੀ, ਜਿਹੜਾ ਮਤਲਬ ਕਿ ਆਪਦਾ ਸਾਰਾ ਕੁਛ ਤਿਆਗਣ ਨੂੰ ਤਿਆਰ ਸੀ ਅਤੇ ਉਹਨਾਂ ਨੇ ਤਿਆਗ ਵੀ ਦਿੱਤਾ ਹੈ ਨਾ। ਪਰ ਹੋਰ ਪੰਜਾਬ ਨੂੰ ਇਦੂ ਬਾਅਦ ਕੋਈ ਲੀਡਰ ਨਹੀਂ ਮਿਲਿਆ। ਇਹ ਜਿਹੜੇ ਇਹ ਤਾਂ ਕੁੱਠਪਤਲੀਆਂ ਨੇ ਸੈਂਟਰ ਦੀਆਂ, ਉਹ ਜਿਵੇਂ ਨਚਾਉਣ ਇਹ ਨੱਚਣਗੇ ਬਾਈ ਹੈ। ਇਹਨਾਂ ਦੇ ਕੋਲ ਪਾਵਰ ਹੀ ਕੋਈ ਨਹੀਂ, ਸਟੇਟ ਦੀਆਂ ਪਾਵਰਾਂ ਹੀ ਸਾਰੀਆਂ ਖਤਮ ਕਰਤੀਆਂ ਹੈ, ਸਾਰੀਆਂ ਜਿਹੜੀ ਪੋਲੀਟਿਕਸ ਆ ਉਹ ਸਾਰੀ ਸੈਂਟਰਲਾਈਜ਼ਡ ਹੋ ਗਈ। ਤੁਸੀਂ ਦੇਖੋਗੇ ਆਉਣ ਵਾਲੇ ਜੇ ਮੋਦੀ ਦੁਬਾਰੇ ਆ ਗਿਆ, ਸਟੇਟ ਕੋਲ ਕੋਈ ਪਾਵਰ ਨਹੀਂ ਰਹਿਣੀ, ਸਟੇਟ ਕੋਲ ਇੱਕੋ ਹੀ ਪਾਵਰ ਰਹਿ ਜੂ, ਇਕੱਲੀ ਐਡਮਿਨਿਸਟ੍ਰੇਸ਼ਨ ਦੀ ਪਾਵਰ ਰਹਿ ਜੂਗੀ ਕਿ ਤੁਸੀਂ ਜੀ ਇਹ ਦੇਖਣਾ ਲਾਅ ਐਂਡ ਆਰਡਰ ਦੀ ਸਥਿਤੀ ਦੇਖਣੀ ਹੈ, ਉਹ ਵੀ ਜਿਹੜੇ ਹਿਸਾਬ ਦੇ ਨਾਲ। ਪਰ ਪੰਜਾਬ ਵਰਗੀ ਸਟੇਟ ਜਿਹੜੀ ਬਾਰਡਰ ਸਟੇਟ ਹੈ ਉਹਦੇ ਵਿੱਚ ਉਹ 80 ਤੁਹਾਡਾ ਮਤਲਬ ਕਿ ਆਹ ਏਰੀਆ ਜਿਹੜਾ ਇਹ BSF ਦੇ ਅੰਡਰ ਆਉਣ ਲੱਗ ਗਿਆ ਹੈ ਨਾ। ਉੱਧਰ ਪੰਜਾਬ ਦੇ ਵਿੱਚ ਕਿੰਨੇ ਕੁ ਕਿਲੋਮੀਟਰ ਦਾ ਏਰੀਆ, ਜੇ ਆਪਾਂ ਇੱਕ ਸਾਈਡ ਤੋਂ ਦੂਜੀ ਸਾਈਡ 'ਤੇ ਜਾਈਏ ਮੈਨੂੰ ਲੱਗਦਾ ਕਿ 250 ਕਿਲੋਮੀਟਰ ਮਸਾਂ ਬਣਦਾ, ਉਹਦੇ ਵਿੱਚ 80 ਕਿਲੋਮੀਟਰ ਦਾ ਏਰੀਆ BSF ਦੇ ਅੰਡਰ ਆ ਗਿਆ। BSF ਦੇ ਅੰਡਰ ਆ ਵੀ BSF ਕਦੋਂ ਮਰਜ਼ੀ ਚਾਹੇ ਕਿਸੇ 'ਤੇ ਕੇਸ ਕਰ ਸਕਦੀ ਹੈ, ਕਦੋਂ ਮਰਜ਼ੀ ਤਲਾਸ਼ੀ ਕਰ ਸਕਦੀ ਹੈ। ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਚੀਜ਼ਾਂ ਨਹੀਂ ਰਹੀਆਂ, ਨਹੀਂ ਖਤਮ ਕਰ ਦੇਣ ਹੁਣ ਤਾਂ। ਜੇ ਮੋਦੀ ਇੱਕ ਵਾਰੀ ਆ ਗਿਆ ਤਾਂ ਬਹੁਤ ਵੱਡੇ, ਉਹ ਬੋਲਡ ਤਾਂ ਹੈਗਾ ਦੇਖ ਹੈ ਨਾ, ਉਹ ਬਈ ਕਲੀਅਰ ਹੈਗਾ ਕਿਉਂਕਿ ਵੀ ਇੱਥੇ ਪੋਲੀਟਿਕਸ ਧਰਮ 'ਤੇ
ਲੋਕਾਂ ਨੂੰ ਮੰਦਰ ਬਣ ਗਿਆ, ਹੋਰ ਕੀ ਚਾਹੀਦਾ? ਲੋਕਾਂ ਨੇ ਰੁਜ਼ਗਾਰ ਤੋਂ ਕੀ ਕਰਨਾ ਜਾਂ ਕੀ ਗੱਲ? ਇਹ ਗੱਲਾਂ ਤਾਂ ਹੁਣ ਸਮਝ ਦੀ ਗੱਲ, ਉਹਨਾਂ ਦੇ ਦਿਮਾਗ ਦੇ ਵਿੱਚ ਐਡਾ ਵੱਡਾ ਕੀੜਾ ਵਾਲਤਾ ਕਿ ਸਾਰਾ ਕੁਛ ਧਰਮ ਹੀ ਹੈਗਾ। ਆਖਿਰ ਦੇ ਵਿੱਚ ਫਿਰ ਤੋਂ ਕੁਛ ਨਵਾਂ ਲਿਖਿਆ ਹੋਇਆ ਸੀ ਫਿਰ ਅਪਾਇੰਟ ਕਰ। ਹਾਂ, ਅਖੀਰ ਦੇ ਵਿੱਚ ਠੀਕ ਹੈ, ਸਿੱਧੂ ਦੀ ਫੇਵਰੇਟ ਕਵਿਤਾ ਸੀ ਉਸ ਨਾਂ ਦਾ ਨਾਂ, ਹੱਕ ਤੱਕ ਦਾ ਉਹ 'ਤੇ ਵੀ ਹੈਗੀ ਹੈ। ਇਹਦੀ ਨਾ ਇੱਕ ਕਹਾਣੀ ਬਹੁਤ ਸੋਹਣੀ ਕਹਾਣੀ ਆ ਵੀ ਅਸੀਂ ਨਾ ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੋਂ ਬਹੁਤ ਘਬਰਾ ਜਾਂਦੇ ਹਾਂ। ਅਸੀਂ ਨਾ ਉੱਥੇ, ਮੈਂ ਪਿੰਡ ਸਕੂਲ ਚਲਾਉਂਦੇ ਹਾਂ, ਅਸੀਂ ਪ੍ਰਾਈਵੇਟ ਸਕੂਲ ਚਲਾਉਂਦੇ ਹਾਂ ਅਤੇ ETT ਦਾ ਕੋਲਜ, ਅਤੇ ਨਾਲ ਇੱਕ ਇੰਟਰਲੋਕ ਟਾਇਲ ਦਾ ਕੰਮ ਕਰਦਾ ਮੈਂ, ਜਿਹੜਾ ਗਲੀਆਂ ਦੇ ਵਿੱਚ ਇੰਟਰਲੋਕ ਟਾਇਲ ਲੱਗਦੀ ਆ, ਉਹ ਮੂਸੇ ਆ, ਉਹ ਕਿਤਾਬ ਹੱਟ ਖੋਲ੍ਹੀ ਹੋਈ ਉੱਥੇ। ਅਸੀਂ ਨਾ ਕਿਸੇ ਤੋਂ ਪੇਮੈਂਟ ਲੈਣੀ ਸੀਗੀ ਅਤੇ ਸਾਨੂੰ ਕਿਸੇ ਬੰਦੇ ਨੇ ਕਿਹਾ ਵੀ ਉਹ ਬੈਂਕ ਕਰਪਟ ਆ ਬੰਦਾ, ਅਤੇ ਅਸੀਂ ਉਹਦੇ ਕੋਲ ਗਏ ਅਤੇ ਉਹਨੂੰ, ਉਹ ਸੱਚੀ ਉਹ ਬੈਂਕ ਕਰਪਟ ਸੀ, ਉਹ ਹਰ ਇੱਕ ਬੰਦੇ ਨੂੰ ਫੋਨ ਆਈ ਜਾਂਦੇ ਸੀ ਉਹਨੂੰ ਪੇਮੈਂਟ ਆਉਣ ਦੇ, ਉਹ ਹਰ ਇੱਕ ਨਾਲ ਹੀ ਗੱਲ ਕਰ ਰਿਹਾ ਸੀਗਾ, ਆਨੰਦ ਮੰਗਲ ਆਨੰਦ ਮੰਗਲ। ਮੈਂ ਕਿਹਾ ਵੀ ਦੇਖੋ ਆਪਾਂ ਬੰਦੇ ਕਿੰਨੇ ਘਬਰਾ ਆ ਜਾਂਦੇ ਹੈਗੇ, ਅਤੇ ਇਹ ਬੰਦਾ ਕਿੰਨਾ ਸ਼ਾਂਤ ਹੈ, ਮਤਲਬ ਕਿ ਹੈ ਵੀ ਉਹਦੇ ਵਿੱਚ। ਉਹਨੂੰ ਫਿਰ ਮੈਂ ਲਿਖਿਆ ਸੀ ਕਿ ਆਨੰਦ ਮੰਗਲ ਆਨੰਦ ਮੰਗਲ, ਫਿਕਰਾਂ ਦਾ ਲਾਹ ਦੇ ਸੰਗਲ, ਸ਼ਾਇਰ ਅੱਖਰਾਂ ਦੀ ਕਰ ਤੂੰ ਖੇਤੀ, ਲਿਖਤਾਂ ਦਾ ਘਾਹ ਦੇ ਜੰਗਲ, ਆਨੰਦ ਮੰਗਲ ਕਿਤਾਬਾਂ ਦੇ ਪੰਨੇ ਗਿਆਨ ਦੇ ਗੰਨੇ, ਪੜ੍ਹ ਜਮਾ ਨਿਕਲ ਬਾਹਰ ਤੋੜ ਦੇ ਗੁੰਮਨਾਮੀ ਆਪਣੀ, ਜ਼ਿੰਦਗੀ ਹੈ ਇੱਕ ਦੰਗਲ, ਆਨੰਦ ਮੰਗਲ ਆਨੰਦ ਮੰਗਲ। ਦੁਨੀਆਦਾਰੀ ਤਰਸਯੋਗ ਵਿਚਾਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਾਰੀ, ਬਚਣਾ ਹੈ ਤਾਂ ਫੜ ਨਾਨਕ ਦੀ ਉਂਗਲ, ਆਨੰਦ ਮੰਗਲ ਆਨੰਦ ਮੰਗਲ। ਜ਼ਿੰਦਗੀ ਇੱਕ ਕੁੜੀ ਕੁਵਾਰੀ, ਸਿਰਫ ਕਟੈਦ ਨੂੰ ਨਹੀਂ ਮਿਲੀ ਵਿਚਾਰੀ, ਚਮਕ ਸਕਦਾ ਹੈ ਤਾਂ ਚਮਕ, ਜੋ ਚਮਕਦਾ ਹੈ ਚੰਦ ਵਿੱਚ ਤਾਰਾ ਮੰਡਲ, ਆਨੰਦ ਮੰਗਲ ਆਨੰਦ ਮੰਗਲ। ਵਾਕਈ ਇੱਕ ਵਾਰ ਫਰੰਟ ਕੈਮਰੇ 'ਚ ਵੇਖ ਕੇ ਕਹਿ ਦੂੰ ਕਿ ਸਾਡੀ ਪੋਇਟ ਆਫ ਪੰਜਾਬ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹਾਂ, ਇਹ ਸਾਰੇ ਜਿੰਨੇ ਵੀ ਭੈਣ ਭਰਾ ਦੋਸਤ ਇਹ ਵੀਡੀਓ ਨੂੰ ਦੇਖ ਰਹੇ ਨੇ, ਅਤੇ ਇਹ ਸਾਡਾ ਭਰਾ, ਅਤੇ ਪੋਇਟ ਆਫ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੱਖੀ, ਪੰਜਾਬ ਹਿਤੈਸ਼ੀ ਲੋਕਾਂ ਨੂੰ ਤੁਹਾਡੇ ਰੂਬਰੂ ਕਰੂਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਹ ਚੈਨਲ ਦੇ ਉੱਪਰ ਬਣੇ ਰਹੋ ਤਾਂ ਕਿ ਜਿਹੜਾ ਜੈਨੂਅਨ ਕੰਟੈਂਟ ਹੈ, ਚੰਗੀਆਂ ਗੱਲਾਂ ਤੁਸੀਂ ਦੇਖ ਸਕੋ ਅਤੇ ਉਹਨਾਂ ਦੇ ਉੱਪਰ ਵਿਚਾਰ ਕਰ ਸਕੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਸ ਤੋਂ ਸੋਹਣਾ ਆਊਟਰੂ ਮੈਂ ਵੀ ਨਹੀਂ ਦੇ ਸਕਦਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮੈਂ।